ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਮਾਰਾਂ ਨਾਲ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਦਿਨਾਂ 'ਚ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਨੇ ਆ ਅੱਜ ਵੀ ਅਸੀਂ ਤੁਹਾਡੇ ਲਈ ਮੋਤਾ ਸਿੰਘ ਜੀ ਹੈਗੇ ਹੋ ਲਓ ਲਓ ਮਹਾਰਾਜ ਜੀ ਤੇਜਪਾਲ ਖਣੀ ਆ ਗਏ ਆ ਆਓ ਜੀ ਆਓ ਜੀ ਆਇਆਂ ਨੂੰ ਜੀ ਮਿਤਾ ਸਿੰਘ ਜੀ ਆਇਆਂ ਲੈ ਜਾਈਂ ਮੈਂ ਡਾਕਟਰ ਸਾਹਿਬ ਨੂੰ ਨਾਲ ਲੈ ਕੇ ਆਇਆ ਕੀ ਬਾਤ ਆ ਕੀ ਬਾਤ ਆ ਤੁਸੀਂ ਤੇ ਸੱਜਣਾ ਨੂੰ ਨਾਲ ਹੀ ਲੈ ਆਏ ਹੋ ਆਓ ਡਾਕਟਰ ਸਾਹਿਬ ਜੀ ਆਇਆਂ ਨੂੰ ਹੈ ਬੈਠੋ ਜੀ ਪਧਾਰੋ ਬੈਠੋ ਡਾਕਟਰ ਸਾਹਿਬ ਬੈਠੋ ਡਾਕਟਰ ਸਾਹਿਬ ਜੈ ਹਿੰਦ ਜੈ ਹਿੰਦ ਆ ਤੁਸੀਂ ਬਹੁਤ ਚੰਗਾ ਕਰਦੇ ਆ ਦਿਪਾਲ ਜੀ ਦੇਖੋ ਜੀ ਮੈਂ ਨਾ ਇਸ ਕੰਮ ਚ ਉੱਕਦਾ ਨਹੀਂ ਹਾਂ ਨਹੀਂ ਹੁਕਣਾ ਵੀ ਨਹੀਂ ਕਈ ਦੋ ਕਾਰਨ ਆ ਇੱਕ ਤਾਂ ਇਹ ਆ ਵੀ ਮੈਨੂੰ ਟਾਈਮ ਦਾ ਖਿਆਲ ਰਹਿੰਦਾ ਹੈ ਨਾ ਦੂਜੀ ਗੱਲ ਇਹ ਆ ਵੀ ਮੈਨੂੰ ਪਤਾ ਵੀ ਜੇ ਮੈਂ ਇਹਨਾਂ ਨੂੰ ਉਹ ਕਾ ਲਿਆ ਨਾ ਕਿਤੇ ਤਾਂ ਭਾਈ ਮੈਨੂੰ ਅਧੀਆਂ ਗੱਲਾਂ ਜਿਹੜੀਆਂ ਖੇਤੀਬਾੜੀ ਬਾਰੇ ਪਤਾ ਹੀ ਨਹੀਂ ਲੱਗਣੀਆਂ ਆ ਆ ਇਹ ਤੇ ਹੈ ਦੇਖੋ ਗੱਲ ਇਹ ਅੱਗੇ ਵੀ ਆਪਾਂ ਕਈ ਵਾਰੀ ਗੱਲ ਕਰਦੇ ਹੁੰਨੇ ਆ ਵੀ ਇਲਮ ਇੱਕ ਇਹੋ ਜੀ ਚੀਜ਼ ਆ ਡਾਕਟਰ ਸਾਹਿਬ ਜੀ ਇਹ ਜਿੱਥੋਂ ਮਿਲੇ ਲੈ ਲਓ ਬਿਲਕੁਲ ਬਿਲਕੁਲ ਜੀ ਹੈ ਨਾ ਦੇਖੋ ਗੱਲ ਇਹ ਹੁੰਦੀ ਆ ਜਿਸ ਮਰਜ਼ੀ ਵਿਸ਼ੇ ਤੇ ਇਲਮ ਮਿਲਦਾ ਹੋਵੇ ਲੈ ਲੈਣਾ ਚਾਹੀਦਾ ਕਿਉਂਕਿ ਜ਼ਰੂਰੀ ਨਹੀਂ ਵੀ ਇਹ ਸਾਡੇ ਕੰਮ ਅਸੀਂ ਕਹੀਏ ਵੀ ਨਹੀਂ ਆਣਾ ਅਸੀਂ ਕਿਉਂ ਲਈਏ ਉਹ ਕਿਸੇ ਹੋਰ ਦੇ ਕੰਮ ਆ ਸਕਦਾ ਬਿਲਕੁਲ ਬਿਲਕੁਲ ਜੀ ਹੈ ਨਾ ਇਸ ਕਰਕੇ ਇਹ ਜਿਹੜੇ ਮਾਹਰ ਆਉਂਦੇ ਆ ਇਹ ਜਦੋਂ ਸਿਆਣੇ ਪੜੇ ਲਿਖੇ ਲੋਕ ਆਉਂਦੇ ਆ ਨਾ ਇਹਨਾਂ ਦੇ ਮੂੰਹੋਂ ਜਿਹੜੇ ਵੀ ਬੋਲਦੇ ਆ ਉਹ ਇਲਮ ਵਾਲੇ ਹੁੰਦੇ ਆ ਇਲਮ ਵਾਲੇ ਆ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਇਹ ਤੇ ਆਪਣੇ ਕੀ ਆਂਦੇ ਹੁੰਦੇ ਦਿਮਾਗ ਦੇ ਝੋਲੇ 'ਚ ਪਾ ਲੈਣੇ ਚਾਹੀਦੇ ਆ ਹਾਂ ਬਿਲਕੁਲ ਡਾਕਟਰ ਸਹੀ ਗੱਲ ਆ ਤੇ ਅੱਜਾ ਗੱਲ ਸੁਣੋ ਜੀ ਉਹ ਤੁਸੀਂ ਅੱਜ ਜਵਾਕ ਡਰਾਈ ਜਾਂਦੇ ਸੀ ਹੈ ਤੁਸੀਂ ਸੁਣ ਲਿਆ ਹਾਂ ਮੈਂ ਸੁਣ ਲਿਆ ਲੇਰਾ ਬੜੀਆਂ ਮਾਰੀਆਂ ਮੈਨੂੰ ਬਾਅਦ ਚ ਹੋਇਆ ਵੇ ਕਾਨੂੰ ਇੰਨਾ ਡਰਾਉਣਾ ਸੀ ਇਲਤਾਂ ਕਰੀ ਜਾਂਦਾ ਸੀ ਨਹੀਂ ਬਾਹਰ ਨੂੰ ਨੱਠਣ ਨੂੰ ਫਿਰਦਾ ਸੀ ਓਹੋ ਹਾਂ ਇਹ ਬਾਹਰ ਜਿਹੜੇ ਜਾਂਦੇ ਉਹਨਾਂ ਨੂੰ ਰੋਕਣਾ ਚਾਹੀਦਾ ਜਿਹੜੀਆਂ ਇਲਤਾਂ ਦੀ ਗੱਲ ਆ ਇਲਤਾਂ ਦੇ ਜਵਾਕਾਂ ਨੇ ਨਹੀਂ ਕਰਨੀਆਂ ਤੇ ਕਿੰਨਾ ਨੇ ਕਰੇ ਹੋਰ ਕਿਨੇ ਕਰਨੀਆਂ ਬਿਲਕੁਲ ਮੈਂ ਕਿਹਾ ਭਾਈ ਜੇ ਬਾਹਰ ਗਿਆ ਤੇ ਟੀਕਾ ਲਾ ਦੇਣਾ ਤੇਰੇ ਅੱਛਾ ਆ ਟੀਕੇ ਤੋਂ ਤੇ ਤੁਸੀਂ ਵੀ ਬਹੁਤ ਡਰਦੇ ਰਹੇ ਜਾਂ ਮੈਨੂੰ ਪਾਜਾ ਇਹ ਘੜੋਂ ਦਾੜ ਜਾਂਦੇ ਸੀ ਨੇ ਦੂਜਿਆਂ ਨੂੰ ਸਮਝਾਉਂਦੇ ਆ ਆ ਇੱਕ ਵਾਰੀ ਮੈਂ ਸਕੂਲੋਂ ਨੱਟ ਗਿਆ ਲੋਦੇ ਲੱਗਣ ਤਾਂ ਮੈਨੂੰ ਮਿੱਠਾ ਸਿੰਘ ਹੁਣੀ ਫੜ ਕੇ ਲਿਆਏ ਕਹਿੰਦੇ ਨਹੀਂ ਲਵਾਉਣਾ ਆ ਹਾਂ ਦੇਖੋ ਗੱਲ ਹੀ ਹੁੰਦੀ ਆ ਡਾਕਟਰ ਸਾਹਿਬ ਕੁਝ ਚੀਜ਼ਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ ਬਹੁਤ ਜ਼ਰੂਰੀ ਬਿਲਕੁਲ ਠੀਕ ਹੈ ਨਾ ਤੇ ਜਵਾਕਾਂ ਨੂੰ ਡਰਾਉਣਾ ਨਹੀਂ ਚਾਹੀਦਾ ਆ ਕਈ ਵਾਰੀ ਕੀ ਹੁੰਦਾ ਸੀ ਓਏ ਆ ਕੰਮ ਕਰ ਲੈਣੀ ਤੇ ਟੀਕਾ ਲਵਾ ਦੂੰ ਹਾਂ ਹੈਨਾ ਉਹ ਇੱਕ ਭੈ ਪੈ ਜਾਂਦਾ ਹੂੰ ਮਠਾ ਸੰਗਜੀ ਮੇਰੇ ਅੰਦਰ ਵੀ ਭੈਅ ਸੀਗਾ ਬਸ ਬਸ ਪਰ ਤੁਹਾਨੂੰ ਯਾਦ ਹੈ ਇੱਕ ਵਾਰ ਮੈਨੂੰ ਕੁੱਤੇ ਨੇ ਵੱਢਿਆ ਸੀ ਹਲਕਿਓ ਨੇ ਹਾਂ ਉਸ ਤੋਂ ਬਾਅਦ ਜਿਹੜੇ ਮੇਰੇ ਟੀਕੇ ਲੱਗੇ ਨਾ 14 ਲੱਗਦੇ ਹੁੰਦੇ ਸੀ ਉਦੋਂ ਆ 14 ਉਹ ਵੀ ਟਿੱਡੇ ਚ ਹਾਂ ਟਿੱਡੇ ਚ ਉਸ ਤੋਂ ਬਾਅਦ ਫਿਰ ਮੇਰਾ ਭੈਅ ਚੱਕਿਆ ਗਿਆ ਮੈਂ ਕਿਹਾ ਵੀ ਇਹ ਕੋਈ ਗੱਲ ਨਹੀਂ ਇਹ ਮੇਰੇ ਫਾਇਦੇ ਲਈ ਆ ਦੇਖੋ ਗੱਲ ਇਹ ਹੁੰਦੀ ਆ ਤੇਜਪਾਲ ਜੀ ਜੀ ਕਿ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਤੇ ਭੈਅ ਰੱਖਣਾ ਚਾਹੀਦਾ ਚਾਹੀਦਾ ਬਿਲਕੁਲ ਸਹੀ ਗੱਲ ਆ ਠੀਕ ਆ ਉਹ ਚੀਜ਼ਾਂ ਉਦੋਂ ਸਮਝ ਆਉਂਦੀ ਆ ਸਾਨੂੰ ਜਦੋਂ ਅਸੀਂ ਥੋੜੇ ਜੇ ਵੱਡੇ ਹੋ ਜਾਂਦੇ ਹਾਂ ਜਵਾਕਾਂ ਨੂੰ ਨਹੀਂ ਇਹ ਚੀਜ਼ਾਂ ਦੀ ਸਮਝ ਆਉਂਦੀ ਜਿਵੇਂ ਹੁਣ ਅੱਜ ਦਾ ਦਿਹਾੜਾ ਲਾ ਲਓ ਅੱਜ ਕਮਾਂਤਰੀ ਪੱਧਰ ਤੇ ਹੈ ਦਿਹਾੜਾ ਮਨਾਇਆ ਜਾ ਰਿਹਾ ਜੀ ਕਿ ਜਿਹੜੇ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੇ ਰੋਗ ਹੁੰਦੇ ਆ ਉਹ ਵਾਹ ਜੀ ਵਾਹ ਇਹਦੇ ਤੇ ਹੈਨਾ ਤੇ ਇਹ ਭੈ ਜਿਹੜਾ ਇਹ ਜ਼ਰੂਰੀ ਆ ਜ਼ਰੂਰੀ ਬਹੁਤ ਜ਼ਰੂਰੀ ਆ ਇਹਦੇ ਤੋਂ ਬਚ ਕੇ ਰਹਿਣਾ ਹਾਂ ਕਿਉਂਕਿ ਇਹ ਜਿਹੜੇ ਕਈ ਰੋਗ ਹੁੰਦੇ ਨਾ ਡਾਕਟਰ ਸਾਹਿਬ ਤੁਸੀਂ ਤੇ ਸਿਆਣੇ ਹੋ ਜਿੱਦਾਂ ਛੋਹ ਦੇ ਰੋਗ ਹੋ ਜਾਂਦੇ ਆ ਜੀ 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 ਹੈਨਾ ਪਸ਼ੂਆ ਤਾਂ ਹੁੰਦੇ ਆ ਹੁੰਦੇ ਤੇ ਮਨੁੱਖਾਂ ਤੋਂ ਮਨੁੱਖਾਂ ਨੂੰ ਹੀ ਆ ਪਰ ਜਿਹੜੇ ਪਸ਼ੂਆ ਤੋਂ ਹੁੰਦੇ ਆ ਨਾ ਪਸ਼ੂਆ ਚ ਵੀ ਕਈ ਬਿਮਾਰੀਆਂ ਇਹੋ ਜੀਆਂ ਹੁੰਦੀਆਂ ਲਾਗਦੀਆਂ ਬਿਮਾਰੀਆਂ ਲਾਗਦੀਆਂ ਹੈਗੀਆਂ ਬਹੁਤ ਸਾਰੀਆਂ ਤੇ ਫੇਰ ਮੁੜ ਕੇ ਜੂ ਉਹਦਾ ਕੋਈ ਇਲਾਜ ਕਰਾਉਂਦੇ ਰਹਿਣਾ ਫੇਰ ਨੱਠਣਾ ਭਜਣਾ ਉਹਦਾ ਭੈ ਹੋਣਾ ਜ਼ਰੂਰੀ ਦੇਖੋ ਮੇਰੀ ਗੱਲ ਸੁਣੋ ਡਾਕਟਰ ਸਾਹਿਬ ਜਿੱਦਾਂ ਹੁਣ ਤੁਸੀਂ ਤੁਹਾਡੇ ਨਾਲ ਵੱਧ ਜਾਣਦੇ ਆ ਪਰ ਤੁਸੀਂ ਜੇ ਆਪਾਂ ਆਲਮੀ ਪੱਧਰ ਤੇ ਕੀ ਸੰਸਾਰ ਦੇ ਤੌਰ ਤੇ ਦੇਖੀਏ ਤਾਂ ਪਿਛਲੇ ਸਮਿਆਂ ਦੇ ਵਿੱਚ ਜਾਂ ਪਿਛਣੀਆਂ ਸਦੀਆਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਰੋਗ ਜਿਹਦਾ ਪਲੇਗ ਹੁੰਦੀ ਸੀ ਹਾਂ ਉਹ ਪਲੇਗ ਨੇ ਕਿੰਨਾ ਕੁ ਨੁਕਸਾਨ ਕੀਤਾ ਤੁਹਾਨੂੰ ਬਹੁਤ ਠੀਕ ਆ ਫੇਰ ਆ ਪਿੱਛੇ ਜੇ ਇੱਕ ਰੌਲੀ ਪਈ ਸੀ ਉਹ ਕਿਹੜਾ ਸੀ ਬਰਡ ਫਲੂ ਹਾਂ ਹਾਂ ਉਹਦਾ ਵੀ ਬੜਾ ਰੌਲਾ ਪਿਆ ਤੇ ਉਹ ਮਨੁੱਖ ਚ ਆ ਗਿਆ ਸੀ ਰੋਗ ਇਦਾਂ ਹੀ ਹਨਾ ਤੇ ਇਦਾਂ ਹੋਰ ਬਹੁਤ ਸਾਰੇ ਰੋਗ ਹੈਗੇ ਆ ਜਿਹੜੇ ਆ ਜਾਂਦੇ ਆ ਕੁਝ ਲੋਕ ਤਾਂ ਇਹ ਵੀ ਕਹਿੰਦੇ ਆ ਜਿਹੜੇ ਅੱਜ ਕੱਲ ਨਹੀਂ ਆਪਾਂ ਕੋਵਿਡ-19 ਇਹ ਵੀ ਕਹਿੰਦੇ ਭਈ ਚਮਗਿੱਦੜ ਤੋਂ ਆਇਆ ਦੇਖੋ ਗੱਲ ਇਹ ਹੁੰਦੀ ਆ ਇਹ ਅਸੀਂ ਮਹਾਰਾ ਨਾਲ ਗੱਲ ਕੀਤੀ ਵੀ ਆ ਉਹਾਂ ਦੇ ਵੀ ਇਹ ਨਹੀਂ ਹੁੰਦਾ ਅੱਛਾ ਪਸ਼ੂਆਂ ਤੋਂ ਮਨੁੱਖ ਨੂੰ ਇਹ ਨਹੀਂ ਹੁੰਦਾ ਉਹਾਂ ਦੇ ਜੀ ਪਸ਼ੂਆਂ 'ਚ ਇਹ ਹੁੰਦਾ ਹੀ ਨਹੀਂ ਠੀਕ ਆ ਜੋ ਮਹਾਰ ਸਾਨੂੰ ਆਂਦੀ ਹੈ ਇਹਨਾਂ ਆ ਗੱਲ ਪਤਾ ਦੀ ਆ ਫੇਰ ਵੀ ਸਾਨੂੰ ਮਤਲਬ احتیاط ਤੇ ਰੱਖ ਹੀ ਲੈਣੀ ਚਾਹੀਦੀ ਹੈ ਨਾ احتیاط ਤੋਂ ਵੱਡੀ ਤੇ ਦੁਨੀਆਂ 'ਚ ਚੀਜ਼ ਹੀ ਕੋਈ ਇਲਾਜ ਨਾਲੋਂ احتیاط ਚੰਗੀ ਹਾਂ ਐਵੇਂ ਥੋੜਾ ਆਉਂਦੇ ਆ ਸਿਆਣੇ ਬੰਦੇ ਜਿਹੜੇ ਆ ਉਮਰ ਦੇ ਸਿਆਣੇ ਸਾਨੂੰ ਜਿਹੜੀਆਂ ਇਹ ਚੀਜ਼ਾਂ ਦੇ ਗਏ ਆ ਡਾਕਟਰ ਸਾਹਿਬ ਜੀ ਇਹਦੇ ਤੋਂ ਵੱਧ ਕੁਝ ਹੋਰ ਹੋ ਹੀ ਨਹੀਂ ਸਕਦਾ ਇਹ ਖਜ਼ਾਨਾ ਹੈ ਬਿਲਕੁਲ ਬਿਲਕੁਲ ਅੱਛਾ ਗੱਲ ਸੁਣੋ ਜੀ ਗੱਲਾਂ 'ਚ ਲਾਜ ਆ ਮੈਨੂੰ ਮੈਂ ਡਾਕਟਰ ਸਾਹਿਬ ਨਾਲ ਤਾਰ ਉੱਤੇ ਕਰਾਇਆ ਨਹੀਂ ਤੁਹਾਡਾ ਨਹੀਂ ਹੁਣ ਕਰ ਲੈਨੇ ਆ ਹਾਂ ਇਹ ਡਾਕਟਰ ਕਮਲਜੀਤ ਸਿੰਘ ਸੂਰੀ ਜੀ ਡਰਾਇਟੀ ਯੂਨੀਵਰਸਿਟੀ ਤੋਂ ਆਏ ਆ ਜੀ ਇਹ ਆ ਆਪਣਾ ਪ੍ਰਿੰਸੀਪਲ ਕੀਟ ਵਿਗਿਆਨੀ ਵਾਹ ਜੀ ਵਾਹ ਠੀਕ ਆ ਤੇ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਆਪਾਂ ਤਾਂ ਕੀੜੇ ਮਕੌੜੇ ਜਾਣਾਂਗੇ ਫਿਰ ਤਰ੍ਹਾਂ ਪਰ ਉਹ ਤੋਂ ਪਹਿਲਾਂ ਅੱਛਾ ਜਿੰਸਾਂ ਦੀਆਂ ਹਾਂ ਇਹ ਬਹੁਤ ਜ਼ਰੂਰੀ ਆ ਮੰਡੀਆਂ 'ਚ ਜਿਹੜੀਆਂ ਜਿੰਸਾਂ ਗਈਆਂ ਕੀੜੇ-ਕੀੜੇ ਭਾਅ ਵੀ ਕੀਆਂ ਉਹਨਾਂ ਦੇ ਬਾਰੇ ਅਸੀਂ ਆਪਣੇ ਕਿਸਾਨ ਵੀਰਾਂ ਕਿਸਾਨ ਬੀਬੀਆਂ ਨੂੰ ਦੱਸਦੇ ਹਾਂ ਬਿਲਕੁਲ ਜੀ ਲਓ ਜੀ ਆਲੂ ਵਿਕਿਆ ਜਲੰਧਰ 1000 ਰੁਪਏ ਕਿਵੈਂਟਲ ਜੀ ਅੰਮ੍ਰਿਤਸਰ 950 ਰੁਪਏ ਰਈਆ 500 ਰੁਪਏ ਜੀ ਅੱਛਾ ਆ ਫਿਰੋਹੀਪੁਰ 1500 ਰੁਪਏ ਪਟਿਆਲਾ 1800 ਰੁਪਏ ਤੇ ਬਠਿੰਡਾ 1500 ਤੇ 50 ਰੁਪਏ ਠੀਕ ਆ ਜੀ ਸੋ ਕੇ ਗੰਡੇ ਵੀ ਕੇ ਆ ਜਲੰਧਰ 1000 ਰੁਪਏ ਹਮ ਅੰਮ੍ਰਿਤਸਰ 600 ਰੁਪਏ ਰਈਆ 1500 ਰੁਪਏ ਫਿਰੋਹੀਪੁਰ 1000 ਰੁਪਏ ਪਟਿਆਲਾ 1400 ਰੁਪਏ ਤੇ ਬਠਿੰਡਾ 1400 ਤੇ 50 ਰੁਪਏ ਠੀਕ ਆ ਜੀ ਟਮਾਟਰ ਅੱਜ ਵੀ ਕਿਹਾ ਜਲੰਧਰ 1200 ਰੁਪਏ ਕਿਵਿੰਟਲ ਅੰਮ੍ਰਿਤਸਰ 1000 ਰੁਪਏ ਜੀ ਰਈਆ ਮੰਡੀ 5000 ਰੁਪਏ ਵੀ ਕਿਹਾ ਵਾਹ ਜੀ ਵਾਹ ਇੱਥੇ ਮਾਰ ਕਾ ਮਾਰ ਗਏ ਜੀ ਆਪਣੇ ਜੀਮੀ ਦਾ ਚੰਗੀ ਗੱਲ ਆ ਦੇਖੋ ਇਹੀ ਚੀਜ਼ ਆ ਹਨਾ ਪਤਾ ਲੱਗਣਾ ਚਾਹੀਦਾ ਕਿੱਥੇ ਕੀ ਵਿਕਿਆ ਕੱਲ ਨੂੰ ਉੱਥੇ ਪਚਾਓ ਭਾਈ ਕਮਾਓ ਪੈਸੇ ਬਿਲਕੁਲ ਫਿਰੋਹੀਪੋਰ 2500 ਰੁਪਇਆ ਰਿਆ ਪਟਿਆਲੇ 3000 ਰੁਪਏ ਬਠਿੰਡਾ 2200 ਤੇ 50 ਰੁਪਏ ਇੱਕ ਮਿੰਟ ਵੈਸੇ ਇੱਕ ਗੱਲ ਆ ਜਲੰਧਰ ਪਿਛਲੇ ਹਫਤੇ ਮੰਦਾ ਸੀ ਡਿਮਾਂਡਰ ਆ ਐਤ ਕੀ ਠੀਕ ਹੋ ਗਿਆ ਹਾਂ ਹਾਂ ਠੀਕ ਹੋ ਗਿਆ ਪਿਛਲੇ ਹਫਤੇ 400 ਹੁਣ 1200 ਆ ਮੰਦਾ ਹੀ ਰਹੀ ਪਿਛਲੇ ਬੈਂਗਣ ਜਿਹੜਾ ਆ ਜਲੰਧਰ 900 ਰੁਪਏ ਕਿਵਿੰਟਲ ਜੀ ਅੰਮ੍ਰਿਤਸਰ 700 ਰੁਪਏ ਰਈਆ ਮੰਡੀ 1500 ਰੁਪਏ ਅੱਛਾ ਫਿਰੋਜਪੁਰ 1100 ਤੇ 50 ਰੁਪਏ ਜੀ 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 ਪਟਿਆਲੇ 1500 ਰੁਪਏ ਤੇ ਬਠਿੰਡੇ 900 ਰੁਪਏ ਰਿਆ ਜੀ ਬੈਂਗਣ ਬੈਂਗਣ ਠੀਕ ਆ ਜੀ ਕੀ ਆ ਅੱਜ ਵਿਕਿਆ ਜੀ ਜਲੰਧਰ 600 ਰੁਪਏ ਕਿਵਿੰਟਲ ਅੰਮ੍ਰਿਤਸਰ 400 ਰੁਪਏ ਰਈਆ ਮੰਡੀ 2000 ਰੁਪਏ ਭਾਅ ਮਿਲਿਆ ਜੀ ਫਿਰੋਜਪੁਰ 800 ਰੁਪਏ ਪਟਿਆਲਾ 1500 ਰੁਪਏ ਤੇ ਬਠਿੰਡਾ 700 700 ਰੁਪਏ ਕੀ ਆ ਕੀ ਆ ਠੀਕ ਆ ਜੀ ਇਹ ਤੇ ਸੀ ਜੀ ਜਿੰਸਾਂ ਦੇ ਜਿਹੜੇ ਭਾ ਸਾਡੇ ਕੋਲ ਅੱਜ ਆਏ ਅਸੀਂ ਦਿੱਤੇ ਸੁਣਾ ਬਹੁਤ ਵਧੀਆ ਕੀਤਾ ਠੀਕ ਹੈ ਜੀ ਹੁਣ ਆਈਏ ਡਾਕਟਰ ਸਾਹਿਬ ਵਾਲਾ ਦੇਖੋ ਐਡੀ ਦੂਰੋਂ ਆਏ ਆ ਅਸੀਂ ਸਦਾ ਭੇਜਿਆ ਸੀ ਤੇ ਡਾਕਟਰ ਸਾਹਿਬ ਜੀ ਆਏ ਨੂੰ ਫੇਰ ਇੱਕ ਆਈ ਤੁਹਾਨੂੰ ਤੇਜਪਾਲ ਜੀ ਜੀ ਅੱਜ ਇਹਨਾਂ ਨਾਲ ਗੱਲਬਾਤ ਅਸੀਂ ਕਰਨੀ ਆ ਬਈ ਜਿਹੜੀ ਬਾਸਮਤੀ ਆ ਆਂ ਚੋ ਨਾ ਆ ਜੀ ਹੈਨਾ ਇਹਦੇ ਤੇ ਘਾਟ ਰਸਾਇਣ ਛਿੜਕ ਕੇ ਜੀ ਤੇ ਕੀੜਿਆਂ ਦੀ ਰੋਕ-थाम ਕਿਵੇਂ ਕਰੀ ਆ ਠੀਕ ਆ ਬਹੁਤ ਜ਼ਰੂਰੀ ਗੱਲ ਆ ਠੀਕ ਆ ਤੇ ਕਿਉਂਕਿ ਰਸਾਇਣ ਦਾ ਤੁਹਾਨੂੰ ਵੀ ਪਤਾ ਭਈ ਬਹੁਤ ਨੁਕਸਾਨ ਕਰ ਰਿਹਾ ਆ ਲੋੜ ਤੋਂ ਵੱਧ ਨੁਕਸਾਨ ਸਭ ਤੋਂ ਜ਼ਿਆਦਾ ਸਾਡੀ ਧਰਤੀ ਦਾ ਮਿੱਟੀ ਦਾ ਨੁਕਸਾਨ ਕਰ ਰਿਹਾ ਆ ਜੀ ਜੀ ਤੇ ਇਹਨਾਂ ਨੇ ਹੁਣ ਖੋਜਾਂ ਕੀਤੀਆਂ ਬਹੁਤ ਵੇ ਘਾਟਰ ਸਾਇਨਾ ਨਾਲ ਵੀ ਕੀੜਿਆਂ ਮਕੌੜਿਆਂ ਦੀ ਰੋਕਥਾਮ ਜਿਹੜੀ ਹੋ ਸਕਦੀ ਹੈ ਠੀਕ ਹੈ ਜੀ ਡਾਕਟਰ ਸਾਹਿਬ ਪਹਿਲਾਂ ਤਾਂ ਸਾਨੂੰ ਜੇ ਅਸੀਂ ਸ਼ੁਰੂਆਤ ਕਰੀਏ ਗੱਲ ਦੀ ਇਹੋ ਹੀ ਦੱਸੋ ਵੀ ਝੋਨਾ ਤੇ ਬਾਸਮਤੀ ਇਹਦੇ ਮੁੱਖ ਕੀੜੇ ਹੈ ਕਿਹੜੇ-ਕਿਹੜੇ ਜਿਹੜੇ ਫਸਲ ਦਾ ਨੁਕਸਾਨ ਕਰਦੇ ਬਿਲਕੁਲ ਠੀਕ ਹੈ ਮਿਠਾਸ ਸਿੰਘ ਜੀ ਸਭ ਤੋਂ ਜ਼ਰੂਰੀ ਇਹ ਆ ਕਿ ਜਿਹੜੀ ਮੁੱਖ ਫਸਲ ਆ ਅਸਲਾ ਉਹ ਹੈਗੀ ਆਪਣੀ ਝੋਨਾ ਜੀ ਤੇ ਬਾਸਮਤੀ ਹਾਂ ਕੋਈ ਤਕਰੀਬਨ 31 ਲੱਖ ਹੈਕਟੇਰ ਤੇ ਇਹਦੀ ਕਾਸਟ ਕਰਦੇ ਝੋਨੇ ਦੀ ਵਾਹ ਜੀ ਔਰ ਇਹਦੇ ਚੋਂ 20% ਜਿਹੜਾ ਰਕਬਾ ਆ ਉਹ ਬਾਸਪਤੀ ਹੇਟੋ ਜੀ ਜੀ ਬਾਸਪਤੀ ਤਾਂ ਇੰਪੋਰਟੈਂਟ ਹੈ ਕਿ ਜਿੰਨੇ ਵੀ ਆਰਪੀਆ ਯੂਰੋਪੀਆ ਅਮਰੀਕਾ ਆ ਇਹਨਾਂ ਸਾਰਿਆਂ ਨੂੰ ਐਕਸਪੋਰਟ ਕਰਦੇ ਨੇ ਇੱਕ ਹੋਰ ਗੱਲ ਆ ਤੇ ਸਿੱਧੇ ਸਿੱਧੇ ਪੈਸੇ ਸਾਨੂੰ ਕੰਟਰੀ ਨੂੰ ਆਉਂਦੇ ਆ ਇੱਕ ਹੋਰ ਗੱਲ ਆ ਪਾਣੀ ਘਟ ਲੈਂਦੀ ਪਾਣੀ ਘਟ ਲੈਂਦੀ ਹੈ ਬਿਲਕੁਲ ਜੀ ਸਭ ਤੋਂ ਵੱਡੀ ਗੱਲ ਜ਼ਰੂਰੀ ਨੁਕਤਾ ਹੈ ਜੀ ਸੋ ਜ਼ਰੂਰੀ ਇਹ ਹੈ ਕਿ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਜੇਹੜਾ ਦੀ ਘਟ ਜੇਹੜਾ ਵੱਤ ਕੇ ਜੀ ਬहोत ही ਠੁਕਵਾ ਜਾਂ ਤੁਹਾਡਾ ਇਹ ਟੋਪਿਕ ਆਈਦਾ ਕਿਉਂਕਿ ਅਜੋਕੇ ਸਮੇਂ ਚ ਕੀ ਆ ਕਿ ਇੱਕ ਜੇ ਵੀਰ ਨੇ ਕਰਤੀ ਤਾਂ ਦੂਸਰੇ ਨਾਲ ਹੀ ਢੋਲੀ ਚੱਕ ਲਈ ਹਾਂ ਹਾਂ ਬਿਨਾ ਵੇਖਿਆ ਕੀ ਕੋਈ ਪ੍ਰੋਬਲਮ ਹੈ ਜਾਂ ਨਹੀਂ ਹੈ ਝੋਨਾ ਹਜੇ ਲਾਉਣੇ ਬਾਅਦਿਆਂ ਸੀ ਤੇ ਪਹਿਲਾਂ ਢੋਲੀ ਚੱਕ ਲੈਂਦੇ ਆ ਜੀ ਜੀ ਸੋ ਕਿਉਂਕਿ ਕੀਟਨਾਸ਼ਕ ਆ ਜਾਂ ਹਲੀਨਾਸ਼ਕ ਆ ਇਹਨਾਂ ਦੀ ਉਦੋਂ ਹੀ ਲੋੜ ਆ ਜਦੋਂ ਕੋਈ ਕੀਟ ਹੋਵੇ ਨੈਚੁਰਲੀ ਜਿਵੇਂ ਤੁਸੀਂ ਆਖਿਆ ਕਿ ਕੀਟ ਕਿਹੜੇ ਆ ਵੀ ਸਭ ਤੋਂ ਜ਼ਰੂਰੀ ਇਹ ਹੀ ਆ ਕਿ ਕਿਸਾਨ ਵੀਰਾਂ ਨੂੰ ਪਛਾਣ ਕਰਨੀ ਬਹੁਤ ਜ਼ਰੂਰੀ ਆ ਜੀ ਹਾਂ ਜੇ ਕੀਟ ਤਾਂ ਹੀ ਵਰਤਣਾ ਕੀਟਨਾਸ਼ਕ ਜਾਂ ਕੀਟ ਆ ਹਾਂ 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 ਔਰ ਕੀਟ ਕਿਹੜਾ ਹੈ ਉਹ ਪਛਾਣਗਾਨੀ ਜ਼ਰੂਰੀ ਆ ਜੀ ਜੀ ਸੋ ਤਿੰਨ categories ਆ ਜਿਹੜੀਆਂ ਆਪਾਂ ਕਹਿੰਨੇ ਕਿ ਐਸਲਾ ਮੁੱਖ ਸਮੱਸਿਆ ਦਾ ਜੀ ਜੀ ਨੰਬਰ 1 ਤੇ ਹੈ ਜੀ ਤਣੇ ਦੇ ਗੜੂਏ ਜਿਹੜੇ ਆਉਂਦੇ ਆ ਜੀ ਜਿਹੜੇ ਕਿ ਪਹਿਲਾਂ ਤਾਂ ਬੜੀ ਤਬਾਹੀ ਬਚਾਉਂਦੇ ਸੀਗੇ ਜੀ ਅਜੇ ਤੋਂ 90 92 ਦੇ ਦਸ਼ਕ ਚਾ ਜੀ ਆਪਾਂ 90 92 93 ਦੇ ਵਿੱਚ ਇਹ ਵਾਹ ਵਾਹ ਤਬਾਹੀ ਬਚਾਉਂਦੇ ਸੀਗੇ ਜੀ ਪਰ ਹੁਣ ਦੇ ਸਮੇਂ ਦੇ ਵਿੱਚ ਨੰਬਰ 1 ਤੇ ਆ ਗਿਆ ਜੀ ਪੱਤਾ ਲਪੇਟ ਕਿਸਾਨ ਵੀਰੋਂ ਪਤਾ ਵਲੀਟ ਵੀ ਆਖ ਦਿੰਦੇ ਆ ਜੀ 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 ਸੋ ਇਸ ਨਾਲ ਸਭ ਤੋਂ ਜ਼ਿਆਦਾ ਸੀਰੀਅਸ ਨੇ ਉਸ ਕੀੜੇ ਦੀ ਬੜਾ ਖਤਰਨਾਕ ਹੈ ਔਰ ਤੀਸਰਾ ਜਿਹੜਾ ਹੈਗਾ ਯਾ ਜਿਹੜਾ ਕਿ ਅਸੀਂ ਆਪ ਹੀ ਸੇਡ ਲਿਆ ਜਿੰਮੇਦਾਰ ਭਰਾਵਾਂ ਨੇ ਜੀ ਉਹ ਹੈਗਾ ਯਾ ਕਾਲਾ ਤੇਲਾ ਜਿਹਨੂੰ ਆਖ ਦਿੰਦੇ ਆ ਚਿੱਟਾ ਤੇਲਾ ਆਖ ਦਿੰਦੇ ਆ ਜੀ ਇਹ ਸੈਂਸਟ ਕਹੀਏ ਆ ਆਪਾਂ ਨੂੰ ਪਲਾਂਟ ਹੋਪਰ ਕਹਿੰਦੇ ਆ ਠੀਕ ਆ ਸੋ ਤਿੰਨ ਮੁੱਖ ਕੀੜੇ ਆ ਜਿਹੜੇ ਕਿ ਆਪਾਂ ਨੂੰ ਰੋਕਤਮ ਕਰਨੇ ਬਹੁਤ ਹੀ ਜ਼ਿਆਦਾ ਜੀ ਦੇਖੋ ਡਾਕਟਰ ਸਾਹਿਬ ਜਿੱਦਾਂ ਹੁਣ ਸਮੇ ਦੇ ਲਿਹਾਜ਼ ਨਾਲ ਦੇਖੀਏ ਜਾਂ ਤੁਸੀਂ ਵੀ ਸਮੇ ਸਮੇ ਤੇ ਯੂਨੀਵਰਸਿਟੀ ਵੀ ਜਿਹੜੇ ਖੇਤੀਬਾੜੀ ਵਿਭਾਗ ਵੀ ਆ ਉਹ ਵੀ ਇਸ ਚੀਜ਼ ਤੋਂ ਸਾਨੂੰ ਅਗਾਂਹ ਕਰਦੇ ਆ ਵੀ ਭਾਈ ਰਸਾਇਣ ਤੇ ਜ਼ਹਿਰਾਂ ਘੱਟ ਵਰਤੋ ਹਾਂ ਇਹ ਮੁੜ ਕੇ ਅਸੀਂ ਪਾਤਾ ਦਿੰਨੇ ਆ ਇਹ ਮੁੜ ਕੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਨੁਕਸਾਨ ਕਰਦੀ ਬਿਲਕੁਲ ਜੀ ਹੁਣ ਇਹ ਜਿਹੜੇ ਤੁਸੀਂ ਦੱਸੇ ਆ ਜਿੱਦਾਂ ਟਿੱਡੇ ਦੱਸੇ ਆ ਗੜੂਆਂ ਦੱਸਿਆ ਇਹਨਾਂ ਸਾਰਿਆਂ ਦੇ ਵਿੱਚ ਜੇ ਅਸੀਂ ਘੱਟ ਰਸਾਇਣ ਤੇ ਘੱਟ ਜ਼ਹਿਰਾਂ ਪਾ ਕੇ ਕਿਵੇਂ ਇਹਨਾਂ ਤੋਂ ਅਸੀਂ ਬਚਾਅ ਕਰ ਸਕੀਏ ਬਿਲਕੁਲ ਠੀਕ ਹੈ ਜੀ ਤੇਜਪਾਲ ਜੀ ਸਭ ਤੋਂ ਜ਼ਰੂਰੀ ਇਹ ਆ ਕਿ ਇੱਕ ਵਿਧੀ ਅਸੀਂ ਦਿੱਤੀ ਆ ਜਿਹਨੂੰ ਕਹਿੰਦੇ ਸਰਪਵਕੀ ਕੀਟ ਪ੍ਰਬੰਧ ਜੀ ਆਪੀਐਮ ਛੋਟੀ ਭਾਸ਼ਾ ਚ ਆਪਾਂ ਕਹਿੰਦੇ ਨੇ ਹੂੰ ਤੇ ਉਹ ਆਪੀਐਮ ਦਾ ਮਤਲਬ ਕੀ ਆ ਜੀ ਉਹ ਤਾਂ ਇਹੀ ਆ ਵਿਉਂਤਬੰਦੀ ਕਰਨੀ ਆਪਾਂ ਕਿ ਜਿਹੜੀਆਂ ਜਿਸ ਤਰ੍ਹਾਂ ਪੁਰਾਣੇ ਸਮੇਂ ਦੇਖਦੇ ਸੀਗੇ ਜੇ ਘਰਾਂ 'ਚ ਆਪਾਂ ਜਾਲੀਆਂ ਲਾ ਲੀਆਂ ਜੀ ਮਛਰਿਆਂ ਤੋਂ ਬਚਾਉਣ ਵਾਸਤੇ ਹੂੰ ਜੇ ਦਾਣੇ ਜਾਂ ਢੋਲ ਚੋਂ ਕੱਟ ਕੇ ਆਪਾਂ ਨੂੰ ਛਾਂਣ ਲਿਆ ਜੀ ਵਿੱਚੋਂ ਸੁਸਰੀ ਨਿਕਲ ਗਈ ਹੂੰ ਸੋ ਮਤਲਬ ਜਦੋਂ ਹੁਣ ਕਣਕ ਝੋਨੇ ਦੀ ਗੱਲ ਆਵੇ ਆ ਇਹਦੇ 'ਚ ਕੀ ਆ ਕਿ ਜਿੰਨੀਆਂ ਵੀ ਤਕਨੀਕਾਂ ਹੈਗੀਆਂ ਚ ਇਹ ਸ਼ੁਰੂ ਕਰੀਏ ਵੈਰਾਈਟੀ ਸਭ ਤੋਂ ਵਧੀਆ ਲਈ ਜਿਹੜੀ ਕਿ ਟਾਕਰਾ ਕਰਦੀ ਰੋਗ ਦੀ ਫਿਰ ਉਸ ਤੋਂ ਬਾਅਦ ਸਮਾਂ ਆਪਣਾ ਵੈਤ ਪੰਜਾਬ ਸਰਕਾਰ ਨੇ ਸਾਡਾ ਬਹੁਤ ਵਧੀਆ ਹੱਲ ਕੀਤਾ ਪਾਣੀ ਵੀ ਬਚਤ ਹੋ ਗਈ ਆ ਤੇ ਝੋਨੇ ਨੂੰ ਮਤਲਬ ਇੱਕ ਟਾਈਮ ਤੇ ਲੱਗਣਾ ਸ਼ੁਰੂ ਹੋ ਗਿਆ ਜੀ ਪਹਿਲਾਂ ਕੀ ਹੁੰਦਾ ਸੀ ਅਪ੍ਰੈਲ ਤੋਂ ਸ਼ੁਰੂ ਹੁੰਦਾ ਤੇ ਲੱਗਿਆ ਜਾਣਾ ਲੱਗਿਆ ਜਾਣਾ ਹੁਣ ਕੀ ਆ ਬੰਮੀ ਚੱਲਦੀ ਰਹਿੰਦੀ ਹੁਣ 20 ਜੂਨ ਹੈ ਅਜਿਹਾ ਚਲੋ 13 ਜੂਨ ਤੋਂ ਕਰਤਾ ਇਹ ਸਰਕਾਰ ਨੇ ਸੋ ਸਮਾਂ ਇੱਕ ਬੱਜ ਗਿਆ ਉਸ ਤੋਂ ਅਗਲਾ ਜ਼ਰੂਰੀ ਇਹ ਆ ਕਿ ਬਿਨਾ ਕੀਟਨਾਸ਼ਕ ਵਰਤੇ ਮ ਰੁਕਣਾ ਕਿਵੇਂ ਠੀਕ ਆ ਉਸ ਦੇ ਵਾਸਤੇ ਕੀ ਆ ਕਿ ਸਭ ਤੋਂ ਕੀੜੇ ਦੇ ਪਛਾਣ ਕਰਨੀ ਜ਼ਰੂਰੀ ਆ ਇੱਕ ਉਹ ਪੱਧਰ ਦੇਖਣਾ ਜ਼ਰੂਰੀ ਆ ਕਿ ਉਹ ਨੁਕਸਾਨ ਕਿੰਨੇ ਤੇ ਕਰਦਾ ਹਮ ਠੀਕ ਆ ਇਹ ਨਹੀਂ ਕਿ ਜੇ ਦੋ ਕੀੜੇ ਹੈਗੇ ਦੋ ਕੀੜੇ ਨੁਕਸਾਨ ਨਹੀਂ ਕਰੂਗੇ ਉਸੇ ਕਰਦੇ ਨਹੀਂ ਸਹੀ ਗੱਲ ਆ ਇੱਕ ਲੈਵਲ ਹੋਣਾ ਜ਼ਰੂਰੀ ਆ ਅਵਸਥਾ ਆ ਇੱਕ ਜੇ ਸਪੋਜ਼ ਕਰੋ ਜੇ ਆਪਾਂ ਗੱਲ ਕਰੀਓ ਪਤਲਵੇੜ ਦੀ ਗੱਲ ਕਰ ਲਈਏ ਜੇ ਮੰਨ ਲਓ ਜਦ ਤੱਕ ਇਹ 100 ਚੋਂ 10 ਪੱਤੇ ਨਹੀਂ ਖਾਧੇ ਜਾਂਦੇ ਮਤਲਬ 10 ਫੀਸਦੀ ਪੱਤੇ ਨਹੀਂ ਖਰਾਬ ਉਦੋਂ ਤੱਕ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਲੋੜ ਨਹੀਂ ਲੋੜ ਨਹੀਂ ਕਿਉਂਕਿ ਸਪਰੇਅ ਦਾ ਸੂਲ ਕੀ ਹੈ ਕਿ ਜੇ ਰੁਪਈਆ ਖਰਚੋ ਤਾਂ 4 ਰੁਪਈਆ ਦਾ ਮੁਨਾਫਾ ਵੀ ਹੋ ਜੀ ਜੀ ਹਾਂ ਹਾਂ ਇਹ ਨਹੀਂ ਭਾਵੇਂ ਹਾਲਾ ਕਿ ਰੁਪਈਆ ਹੀ ਵਟਿਆ ਤਾਂ ਕੋਈ ਫਾਇਦਾ ਨਹੀਂ ਉਹ ਵੀ ਕੀ ਫਾਇਦਾ ਜੇ ਜ਼ਹਿਰਾ ਪਾਈਆਂ ਕਿਉਂਕਿ ਜਿਹੜਾ ਕੀਟ ਨਾਸ਼ਕ ਹੈ ਉਹਲੀ ਨਾਸ਼ਕ ਜ਼ਹਿਰਾ ਹੈ ਜ਼ਹਿਰਾ ਹੈ ਜੀ ਤੇ ਜਦੋਂ ਆਪਾਂ ਇਹਨਾਂ ਨੂੰ ਉਹਦੇ ਵਿੱਚ ਪਾਤਾ ਧਰਤੀ 'ਚ ਪਾਉਂਗੇ ਜਾਂ ਯਾਦ ਧਰਤੀ ਮਾੜੀ ਹੋ ਗਈ ਜਿਹੜਾ ਬੰਦਾ ਪਲਾਈ ਗਾਰਡ ਉਹਦੇ ਸਰੀਰ ਤੇ ਜਿਹ ਪੈਂਦਾ ਮੂਹ ਰਾਹੀ ਵੀ ਅੰਦਰ ਜਾਂਦਾ ਸੋ ਉਹਦੇ ਸਰੀਰ ਤੇ ਨੁਕਸਾਨ ਆ ਸੋ ਇੱਕ ਜਿਸ ਸਰਵਪੱਕੀ ਕੀਟ ਪ੍ਰਬੰਧ ਆ ਜੀ ਉਹ ਵਿਉਤਬੰਦੀ ਆ ਔਰ ਸਭ ਤੋਂ ਜ਼ਰੂਰੀ ਜਿਹੜਾ ਮਿੱਤਰ ਕੀੜੇ ਆ ਜੀ ਜਿਹੜੇ ਹਾਨੀਕਾਰਕ ਕੀੜਿਆਂ ਨੂੰ ਕੁਦਰਤ ਨੇ ਇੱਕ ਨਿਯਮ ਬਣਾਇਆ ਜੀ ਜਿਹੜਾ ਹਾਨੀਕਾਰਕ ਕੀੜਾ ਉਹਦੇ ਉੱਪਰ ਮਿੱਤਰ ਕੀੜੇ ਫੀਡ ਕਰ ਰਿਹਾ ਹਾਂ ਉਹਨੂੰ ਆਪੇ ਨਾਸ਼ ਕਰੀ ਜਾਂਦੇ ਆ ਇਹ 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 ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਹ ਵੀ ਜ਼ਰੂਰੀ ਆ ਵੀ ਇਹਨਾਂ ਦੀ ਤੇ ਖਾਸ ਭੂਮਿਕਾ ਹੁੰਦੀ ਹੋਏਗੀ। ਬਹੁਤ ਇਹਨਾਂ ਸੰਭਾਲ ਕਰਨੀ ਬਹੁਤ ਜ਼ਰੂਰੀ ਆ। ਹਾਂ ਹਾਂ ਜਦੋਂ ਬੇਲੋੜੀਆਂ ਕੀਟਨਾਸ਼ਕਾਂ ਵਰਤਦੇ ਆ ਤੇ ਕੀੜੇ ਦੇ ਬਾਅਦ ਮਰਦੇ ਹਨੀਕਾਰਕ ਇਹ ਮਿੱਤਰ ਕੀੜੇ ਸਭ ਤੋਂ ਪਹਿਲਾਂ ਮਰ ਜਾਂਦੇ ਆ। ਹੂੰ ਤੋ ਸਭ ਤੋਂ ਜ਼ਰੂਰੀ ਕਿ ਸਿਰਫ ਕੀਟ ਪ੍ਰਬੰਧਨ ਪੜਾਈਏ ਤੇ ਜਿਹੜੇ ਆਪਣੇ ਮਿੱਤਰ ਕੀੜੇ ਉਹਨਾਂ ਨੂੰ ਬਚਾਈਏ ਆਪਾਂ ਉਹਦਾ ਕਾਰਨ ਇਹ ਹੈ ਨਾ ਤੇਜਪਾਲ ਜੀ ਰਿਸਾਇਨ ਨੂੰ ਥੋੜਾ ਪਤਾ ਵੀ ਇਹ ਮਿੱਤਰ ਕੀੜੇ ਆ ਹਾਂ ਇਹ ਮਿੱਤਰ ਆ ਕਿ ਇਹ ਉਹ ਜਿਹੜੇ ਇਹ ਆ ਵੀ ਨੁਕਸਾਨ ਵਾਲੇ ਆ ਅੱਛਾ ਮੀਠਾ ਸਿੰਘ ਜੀ ਆਪਾਂ ਜਦੋਂ ਹੁਣ ਗੱਲ ਕਰਦੇ ਆ ਜਿੱਦਾਂ ਕੁਝ ਇਹੋ ਜਿਹੀਆਂ ਦਵਾਈਆਂ ਪਿਛਲੇ ਸਮੇਂ ਦੇ ਵਿੱਚ ਅੱਜ ਤੋਂ 20 25 30 ਸਾਲ ਪਹਿਲਾਂ ਉਹ ਖੇ ਆਪਾਂ ਖੇਤਾਂ 'ਚ ਪਾਉਂ ਤੀਆਂ ਜੀਦਾ ਕਹਿੰਦੇ ਆ ਸਾਰਾ ਏਡਾ ਵੱਡਾ ਹੋਇਆ ਪਏ ਅਗਲੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਤੁਹਾਡੇ ਸਰੀਰ 'ਚ ਚੱਲੀ ਜਾਂਦੀ ਹੈ ਬਹੁਤ ਜੀ ਸੋ ਇਸ ਕਰਕੇ ਉਹ ਚੀਜ਼ ਸੋ ਸਮਝ ਕੇ ਹੀ ਸਾਨੂੰ ਵਰਤਣੀ ਬਿਲਕੁਲ 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 ਨਾਲੇ ਗੱਲ ਇਹ ਆ ਵੀ ਰਸਾਇਣ ਤੇ ਨਾਂ ਬਾਅਦ ਚ ਉਹ ਦਿੱਤਾ ਹੈ ਤੇ ਜ਼ਹਿਰ ਹੀ ਨਾ ਜ਼ਹਿਰ ਜ਼ਹਿਰ ਬਿਲਕੁਲ ਬਿਲਕੁਲ ਅਸੀਂ ਇਹਨੂੰ ਜ਼ਹਿਰ ਹੀ ਕਹਿੰਦੇ ਆ ਜੀ 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 ਜਿਹੜਾ ਦੂਜੀ ਜਾਨ ਜਿਹਦੇ ਲੈਂਦਾ ਉਹ ਜ਼ਹਿਰ ਹੀ ਹੋਇਆ ਜ਼ਹਿਰ ਬਿਲਕੁਲ ਸਹੀ ਹੈ ਨਾ ਤੇ ਇਹ ਡਾਕਟਰ ਸਾਹਿਬ ਇਸ ਸਰਪੱਖੀ ਜਿਹੜਾ ਕੀਟ ਪ੍ਰਬੰਧਿਆ ਇਹਦੇ ਬਾਰੇ ਥੋੜਾ ਵਿਸਤਾਰ ਦੇ ਨਾਲ ਦੱਸੋਗੇ ਹਾਂ ਇਹਦੇ ਵਿੱਚ ਇਹੀ ਹੈ ਕਿ ਜਿਹੜੇ ਸਭ ਤੋਂ ਜ਼ਿਆਦਾ ਜ਼ਰੂਰੀ ਤੇ ਜਿਹੜਾ ਮਿੱਤਰ ਕੀੜੇ ਆਪਣੇ ਜੀ ਆਪਾਂ ਨੂੰ ਬਚਾ ਕੇ ਰੱਖਣੇ ਆ ਮੈਂ ਦੱਸਤਾ ਵੈਰਾਈਟੀ ਆਪਾਂ ਚੰਗੀ ਜ਼ਿੰਮੇਦਾਰ ਵੀਰ ਲਾ ਚੁੱਕੇ ਹੁਣ ਤੱਕ ਜੀ ਜਿੱਦਾਂ ਹੁਣ ਰੋਗ ਆ ਆਪਣੇ ਕਿਸੇ ਦੇ ਬਲਾਈਟ ਬਹੁਤ ਆਉਂਦੀ ਸੀਗੀ ਹੂੰ ਹੂੰ ਚੋਲਸ ਰੋਗ ਜਿਹਨੂੰ ਕਹਿੰਦੇ ਸੀਗੇ ਹੁਣ ਉਹਦੇ ਵਾਸਤੇ ਕਿਸਮਾਂ ਯੂਨੀਵਰਸਿਟੀ ਨੇ ਕਰਤੀਆਂ 121 122 123 124 ਹੁਣ 128 129 ਆਦਿਕਾਂ ਕੱਢੀਆਂ ਆ ਜੀ ਤੇ ਇਹ ਸਾਰੇ ਸਾਰੀਆਂ ਟੋ ਟਾਕਰਾ ਕਰਦੀਆਂ ਉਸ ਰੋਗ ਦਾ ਅੱਛਾ ਸੋ ਜੇ ਕਿਸਮਾਂ ਪਹਿਲਾਂ ਸਹੀ ਸਿਲੈਕਟ ਕਰ ਲਈਏ ਤਾਂ ਉਹ ਰੋਗ ਹੀ ਨਹੀਂ ਆਉਣਾ ਅੱਛਾ ਉਹ ਲੱਗਣਾ ਹੀ ਨਹੀਂ ਉਹ ਲੱਗਣਾ ਹੀ ਨਹੀਂ ਇਹਨਾਂ ਵੈਰਿਟੀ ਨੂੰ ਆਉਂਦਾ ਹੀ ਨਹੀਂ ਜੀ ਉਹ ਉਸ ਤੋਂ ਬਾਅਦ ਕੀ ਆ ਕਿ ਜਿੱਦਾਂ ਆਪਾਂ ਵਿਉਂਤਬੰਦੀ ਨਾਲ ਚੱਲੀਏ ਜੀ ਸਮਾ ਸਰਕਾਰ ਨੇ ਨਿਯਤ ਕਰਤਾ ਜੀ ਉਸ ਤੋਂ ਅਗਲਾ ਕੀ ਆ ਗਿਆ ਜਿਹੜਾ ਕਿ ਪਾਣੀ ਦਾ ਪ੍ਰਬੰਧ ਤੇ ਖਾਦਾਂ ਦਾ ਪ੍ਰਬੰਧ ਅਈਸ਼ਾ ਜੀ ਵਾਲਾ ਸਾਰਾ ਕੁਝ ਇਰੇਚ ਹੀ ਆਉਂਦਾ ਐਪੀਐਮ ਚ ਜੀ ਹੂੰ ਹੂੰ ਜੇ ਆਪਾਂ ਖਾਦਾਂ ਵੱਧ ਪਾਉਨੇ ਆ ਜਿੱਦਾਂ ਆਮ ਤੌਰ ਤੇ 3 ਕਟੇ 4 ਕਟੇ 5 ਕਟੇ ਪਾਉਂਦੇ ਦੇਖੋ ਦੇਖੀ ਰੀ ਸੋਰੀ ਸੀ ਯੂਰੀਏ ਤੇ ਤੇ ਉਹਦਾ ਕੀ ਹੈ ਕਿ ਉਹਦੇ ਨਾਲ ਬਿਮਾਰੀਆਂ ਤੇ ਕੀੜੇ ਮਕੌੜੇ ਵੱਧਦੇ ਆ ਹੂੰ 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 ਹੁਣ ਪਾਣੀ ਆ ਜੀ ਗਲਤੇ ਕੁਝ ਨਹੀਂ ਹੈ ਆਪਾਂ ਕਹਿੰਨੇ ਆ ਕਿ ਪਹਿਲੇ 10 ਦਿਨ ਪਾਣੀ ਖੜਾ ਰੱਖਣਾ ਆ ਜੀ ਉਸ ਤੋਂ ਬਾਅਦ ਜਦੋਂ ਜੀਰ ਜਾਏ ਤੇ ਉਸ ਤੋਂ ਬਾਅਦ ਲਾਉਣਾ 2 ਦਿਨ ਬਾਅਦ ਤਰੇੜਾ ਨਾ ਪਾਟਣ ਹਾਂ ਹਾਂ ਉਹਦੇ ਨਾਲ ਇੱਕ ਤਾਂ ਪਾਣੀ ਬਚ ਗਿਆ ਆ ਤੇ ਦੂਸਰਾ ਜਿਹੜਾ ਆ ਕਿ ਕੀੜੇ ਮਗਵਾਉਣੇ ਤੇ ਬਿਮਾਰੀ ਨੂੰ ਠੱਲ ਪੈਂਦੀ ਹੈ ਜੀ 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 ਜਿਹੜਾ ਵਾਤਾਵਰਣ ਹੈ ਨਾ ਥਰੜਾ ਵਾਤਾਵਰਣ ਜਿਹਨੂੰ ਕਹਿੰਨੇ ਮਾਈਕਰੋ ਕਲਾਈਮੇਟ ਕਹਿੰਨੇ ਆ ਉਹ ਬਦਲ ਜਾਂਦਾ ਜੀ ਠੀਕ ਆ ਜੀ ਤੇ ਉਹਦੇ ਕਰਕੇ ਕੀ ਹੈ ਕਿ ਤੁਹਾਡੇ ਜਿਹੜੇ ਕੀੜੇ ਮਗੋੜੇ ਆ ਉਹ ਵੀ ਘੱਟ ਲੱਗਦੇ ਆ ਠੀਕ ਆ ਡਾਕਟਰ ਸਾਹਿਬ ਹੁਣ ਆਪਾਂ ਪਿੰਡਾਂ 'ਚ ਦੇਖੀਦਾ ਅੱਜ ਦਾ ਆਪਣੇ ਵੀ ਹੁਣ ਦੇਖਿਆ ਉਹ ਟਬਰਾਂ ਦੇ ਵਿੱਚ ਇਹੀ ਹਾਲ ਹੁੰਦਾ ਵੀ ਤਾਇ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾ ਕੱਲੀ ਉਹ ਨਿਸ਼ਾਨੀ ਲਾ ਲੰਦੇ ਆ ਵਿੱਚ ਉਹ ਨਾ ਜੀ ਬੀਜਿਆ ਜਾਂ ਬਾਸਮਤੀ ਅੱਜ ਬੀਜੀ ਆ ਐਨੇ ਦਿਨਾਂ ਨੂੰ ਜੀ ਆਪਾਂ ਖਾਦ ਚ ਇੰਨੇ ਦਿਨਾਂ ਨੂੰ ਆਪਾਂ ਡਰਮੀਓ ਕੀਟਨਾਸ਼ਕ ਦੀ ਭਰ ਲੈਣੀ ਹੈ ਤੇ ਆਪਾਂ ਛਿੜਕ ਦੇਣੀ ਆ ਤੁਸੀਂ ਇੱਕ ਗੱਲ ਕੀਤੀ ਸਰਵੇਖਣ ਦੀ ਹਾਂਜੀ ਉਹਦੇ ਹਿਸਾਬ ਨਾਲ ਜਦੋਂ ਆਪਾਂ ਖੇਤਾਂ 'ਚ ਜਾਈਦਾ ਤੇ ਕੀ ਦੇਖਣਾ ਚਾਹੀਦਾ ਸਾਨੂੰ ਵੀ ਭਾਈ ਹੋਣ ਸਾਨੂੰ ਕੀਟਨਾਸ਼ਕ ਪਾਉਣ ਦੀ ਲੋੜ ਹੈ ਜਾਂ ਉਦੋਂ ਹੀ ਸਾਨੂੰ ਦੇਖਣਾ ਚਾਹੀਦਾ ਵੀ ਐਡਾ ਕਬੂਟਾ ਹੋ ਗਿਆ ਹੁਣ ਪਾ ਦਈਏ ਇਹ ਜਿਹੜੀ ਚੀਜ਼ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ ਪਤਾ ਹੈ ਇਹ ਬਹੁਤ ਹੀ ਜ਼ਰੂਰੀ ਹੈ ਤੇਜਪਾਲ ਜੀ ਜੀ ਕਿ ਇਹ ਨਹੀਂ ਵੇਖਣਾ ਕਿ ਆਪਾਂ ਜੇ ਬੂਟਾ ਵੱਡਾ ਹੋ ਗਿਆ ਤੇ ਉਹਨੂੰ ਪਾਉਣੇ ਆਹ ਕਿਉਂਕਿ ਜਿਹੜੀ ਜ਼ਹਿਰ ਆ ਕੀਟਨਾਸ਼ਕ ਆ ਉਹ ਆਪਾਂ ਇਸ ਕਰਕੇ ਪਾਉਣੇ ਕਿ ਕੀਟਨਾਸ਼ਕ ਦਾ ਕੀਟੇ ਦਾ ਹਮਲਾ ਕਿੰਨਾ ਕੀੜੇ ਦਾ ਹੂੰ ਹੂੰ ਮਿਸਾਲ ਦੇ ਤੌਰ ਤੇ ਜੇ ਸਰਵੇਖਣ ਦੀ ਗੱਲ ਕਰਦੇ ਹਾਂ ਇਹ ਲਾਜ਼ਮੀ ਆ ਕਿ ਜਦੋਂ ਆਪਣੀ ਫਸਲ 20 25 ਦਿਨ ਦੀ ਆਪਾਂ ਟਰਾਂਸਪਲਟ ਕਰ ਲਈ ਜੀ ਪ੍ਰੀ ਪੁੱਟ ਕੇ ਲਾਤੀ ਆ ਉਸ ਤੋਂ ਬਾਅਦ ਨਿਯਮ ਬਣਾ ਲਓ ਕਿ ਹਫ਼ਤੇ ਦੇ ਹਫ਼ਤੇ ਤੁਸੀਂ ਜਾਣਾ ਹੀ ਆ ਖੇਤ 'ਚ ਹੂੰ ਔਰ ਜਾ ਕੇ ਇਹ ਨਹੀਂ ਕਿ ਮੋਟਰ ਤੋਂ ਇਹ ਗੇੜਾ ਦੇ ਕੇ ਮੁੜਿਆ ਆਣਾ ਨਾ ਅੱਛਾ ਮੋਟਰਸਾਈਕਲ ਖੜਾ ਕਰਕੇ ਇੱਕ ਪਾਸੇ ਖੇਤ 'ਚ ਵੱੜ ਕੇ ਦੂਜੇ ਪਾਸੇ ਆਪਾਂ ਨਿਕਲ ਜਾਣਾ ਆਹ ਇਸੇ ਤਰ੍ਹਾਂ ਦੂਸਰੇ ਪਾਸੇ ਵੜ ਕੇ ਫੇਰ ਉੱਧਰ ਵਾਪਸ ਆ ਜਾਣਾ। ਝਾਹਾ ਤਾਂ ਜ਼ਰੂਰ ਮਾਰਨੀ ਆ। ਕਿਉਂ? ਜੇ ਆਪਾਂ ਮੋਟਰ ਦੇ ਲੱਗੇ ਕਿਤੇ ਆਪਣੇ ਕੋਈ ਦਰਖਤ ਲੱਗਾ ਆ, ਉਹਦੇ ਥੱਲੇ ਕੀੜਾ ਵੀ ਵੱਧਿਆ ਤੇ ਬਿਮਾਰੀ ਵੀ ਵੱਧਿਆ। ਜੀ ਉਹ ਵੇਖ ਲਿਆ ਆਪਾਂ ਕਿਹਾ ਉਹ ਹੋ ਹੋ ਹੋਵੇ ਤਾਂ ਬਾੜਾ ਪੁਰਾ ਹਾਲ ਹੋ ਗਿਆ। ਆਹ ਕਰ ਦਿਓ ਸਪਰੇ। ਆਹ ਪਾ ਦਿਓ ਦਾਣੇਦਾਰ ਦਵਾਈ। ਜੀ ਜੀ ਜੀ। ਸੋ ਜ਼ਰੂਰੀ ਆ ਕਿ ਸਾਰੇ ਖੇਤ ਦਾ ਸਰਵੇਖਣ ਕਰੀਏ ਆਪਾਂ। ਹਾਂ ਹਾਂ। ਔਰ ਜਦੋਂ ਤੁਰਨਾ ਤੇ ਖੇਤ ਜੇ ਇੱਕ ਪਾਸੇ ਵੜ ਕੇ ਦੂਜੇ ਨਿਕਲਣਾ ਆ ਤੇ 10 ਗਲੰਘਾ ਪੱਟ ਕੇ 15 ਗਲੰਘਾ ਪੱਟ ਕੇ ਉੱਥੇ ਰੁਕ ਜਾਓ। ਅੱਛਾ ਜੀ ਉੱਥੇ ਰੋਕੇ ਵੇਖੋ ਬੁੱਝੇ ਦੇ ਵਿੱਚ ਕਿੰਨੇ ਕੁ ਤੁਹਾਡੇ ਗੋਭਾਂ ਸੁੱਕੀਆਂ ਧਿਆਨ ਨਾਲ ਦੇਖਣਾ ਧਿਆਨ ਨਾਲ ਕਿਉਂਕਿ ਜਿਹੜਾ ਮੈਂ ਗੱਲ ਕੀਤੀ ਸੀ ਗਣੂਆਂ ਦੀ ਆ ਗਣੂਆਂ ਦਾ ਆਕਾਰ ਕਿਵੇਂ ਨੁਕਸਾਨ ਕਰਦਾ ਕਿ ਗੋਭਾਂ ਸੁਕਾ ਦਿੰਦਾ ਜੀ ਹੂੰ ਔਰ ਉਹ ਗੋਭਾਂ ਨੇ ਸੁੱਕ ਗਈਆਂ ਉਹ ਸਵਾਲੀਆਂ ਖਿੱਚੀਆਂ ਜਾਂਦੀਆਂ ਜੀ ਜਾਂ ਬੜੇ ਫੜਕੇ ਖਿੱਚੋ ਬਾਹਰ ਆ ਜਾਂਦੀਆਂ ਅੱਛਾ ਜੇ ਪਤਾਲੇ ਵੀ ਡਿਆ ਤੇ ਉਹਨੇ ਦੋ ਪੱਤੇ ਇਕੱਠੇ ਕਰ ਲੇ ਹੂੰ ਸੁੰਡੀ ਨੇ ਵਿੱਚ ਵੜ ਗਈ ਸੁੰਡੀ ਉਹਦੇ ਆ ਲਪੀਟ ਕੇ ਘਰ ਬਣਾ ਲੈਂਦੀ ਉਹ ਤੇ ਉਹਦੇ ਵਿੱਚੋਂ ਹਰਾ ਮੱਤਾ ਖਾਈ ਜਾਂਦੇ ਹਾਂ ਹਾਂ ਤੇ ਉਹਦੇ ਨਾਲ ਕੀ ਆ ਗਿਆ ਜਿਹੜੀ ਆਪਾਂ ਖੁਰਾਕ ਬਣਦੀ ਆ ਉਹਨੂੰ ਅਸਰ ਪੈਂਦਾ ਆ ਤੇ ਨੁਕਸਾਨ ਜ਼ਿਆਦਾ ਹੋ ਜਾਂਦਾ ਠੀਕ ਆ ਇਸੇ ਤਰ੍ਹਾਂ ਜਿਹੜੇ ਤੀਜੇ ਆ ਮੈਂ ਗੱਲ ਕੀਤੀ ਸੀ ਤੁਹਾਡੇ ਕਾਲੇ ਤੇਲੇ ਚਿੱਟੇ ਤੇਲੇ ਦੀ ਜਾਂ ਪਲਾਂਟ ਹੋਪਰ ਦੀ ਉਹ ਰਹਿੰਦਾ ਹੀ ਮੁੱਢਾ ਚ ਹੈ ਜੀ ਹਾਂ ਅੱਛਾ ਜੇ 100 ਦਾਣੇ ਆ ਤੇ 100 ਚੋਂ 95 96 ਦਾਣੇ ਤੇ ਥੱਲੇ ਹੀ ਆ ਜੀ ਉੱਪਰ ਆਉਂਦੇ ਨਹੀਂ ਅੱਛਾ ਅੱਛਾ ਉੱਪਰ ਪਤਾ ਹੀ ਨਹੀਂ ਲੱਗਦਾ ਹਾਂ ਉਹਦਾ ਪਤਾ ਕਦੋਂ ਲੱਗਦਾ ਵੀਰਾਂ ਨੂੰ ਜਦੋਂ ਕਿ ਧੋੜੀਆਂ ਦੇ ਵਿੱਚ ਸੁਕਣਾ ਸ਼ੁਰੂ ਹੋ ਗਿਆ ਅੱਛਾ ਕਿਉਂਕਿ ਜਿਹੜਾ ਪਤਲ ਪੇਟ ਆ ਉਹ ਤੇ ਅੰਦਰ ਪਤਾ ਖੁਰਚ ਕੇ ਖਾਈ ਜਾਂਦੇ ਗੋਭ ਜਿਹੜੇ ਆਪਣੇ ਉਹ ਥੱਲੇੋਂ ਅੰਦਰ ਗੋਭ ਖਾਈ ਜਾਂਦੇ ਜੀ ਜੀ ਇਹ ਜਿਹੜਾ ਰਸ ਚੂਸਦਾ ਹੂੰ ਬੂਟਾ ਕਮਜ਼ੋਰ ਕਰਦਾ ਤੇ ਜਦੋਂ ਬਾੜੀ ਪੁੱਤਾ ਦਾਤ ਹੋ ਜਾਏ ਇਹਨਾਂ ਦੀ ਉਦੋਂ ਕੀ ਆ ਕਿ ਬੂਟਾ ਇਹਨਾਂ ਕਮਜ਼ੋਰ ਹੋ ਜਾਂਦਾ ਕਿ ਥੋੜੀਆਂ ਸੁਕਣਾ ਸ਼ੁਰੂ ਹੋ ਜਾਂਦਾ ਠੀਕ ਹੈ ਤੇ ਆਮ ਜੀਵਨ ਦਾ ਰਵੀਰਾਂ ਨੂੰ ਉਦੋਂ ਮਤਲਬ ਕੀਤਾ ਆਉਂਦਾ ਆ ਕਿ ਲੈ ਵੀ ਇਹਦਾ ਕੁਝ ਬਿਮਾਰੀ ਲੱਗੀ ਕੁਝ ਹੋਰ ਲੱਗ ਗਿਆ ਹਾਂ 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 ਸੋ ਜ਼ਰੂਰੀ ਆ ਕਿ ਖੇਤ ਦੇ ਵਿੱਚ ਜਾਈਏ ਸਰਵੇਖਣ ਕਰਨਾ ਸਰਵੇਖਣ ਕਰਨਾ ਬਹੁਤ ਜ਼ਰੂਰੀ ਆ ਔਰ ਇੱਕ ਖੇਤ ਵਿੱਚ ਘਟੋ ਘਟ ਅੱਠ ਜਗ੍ਹਾ ਤੇ ਆਪ ਰੁਕਣਾ ਆ ਜੀ ਆਹ ਤੇ ਉੱਥੇ ਆਪਾਂ ਵੇਖੋ ਜੀ ਕਿ ਬੜਾ ਔਖਾ ਨਹੀਂ ਆ ਆਪਣੇ ਕਈ ਵਾਰੀ ਜ਼ਮੀਨ ਨੂੰ ਕਹਿੰਦੇ ਨੇ ਕਿ ਬੜਾ ਔਖਾ ਆ ਆਮ ਤੌਰ ਤੇ ਇੱਕ ਬੂਜੇ ਦੇ ਵਿੱਚ ਤੁਹਾਡੇ ਵੱਤ ਵਾਤ 15 ਜਾਂ 20 ਟਿੱਲਰ ਹੁੰਦੇ ਆ ਜੀ ਆ ਇੰਨੇ ਕੇ ਹੁੰਦੇ ਆ ਜੇ 20 ਟਿੱਲਰ ਮੰਨ ਲਓ ਤੇ ਉਸ ਤੇ ਤੁਸੀਂ ਉਹਨੂੰ ਕੁਝ ਨਹੀਂ ਕਰਨਾ ਇੱਕ ਜਗ੍ਹਾ ਖੜ ਗਏ ਜਿੱਥੇ ਤੁਸੀਂ ਖੜ ਗਏ ਹੋ ਹੂੰ ਉਹਦੇ ਆਲੇ ਦੁਆਲੇ ਤੁਹਾਡੇ ਪੰਜ ਗੁੱਝੇ ਆ ਜੀ ਜੀ ਪੰਜ ਗੁੱਝੇ ਦੀ ਇੱਕ ਚ 20 ਹੋਏ ਤਾਂ ਸਮਝ ਲਓ 100 ਟਿੱਲਰ ਹੋ ਗਿਆ ਜੀ ਹੋ ਗਿਆ ਹੋ ਗਿਆ ਹੋ ਗਿਆ ਸੌਖਾ ਕੰਮ ਆ ਜੀ ਤੇ ਦੁਆਰਾ ਟਿੱਲਰ ਨਹੀਂ ਗਿਣਨੇ ਤੁਸੀਂ ਤੁਸੀਂ ਇਹ ਦੇਖ ਲਓ ਗੋਭਾ ਕਿੰਨੀਆਂ ਸੁੱਕੀਆਂ ਐ ਚ ਜੀ ਦੋ ਤਿੰਨ ਚਾਰ ਕਿੰਨੀਆਂ ਐ ਐ ਸਾਰੀਆਂ ਕਰ ਲਓ ਇਕੱਠੀਆਂ ਜੀ ਬਿਲਕੁਲ ਜੇ ਅੱਠਾਂ ਤੇ ਰੁਕੇ ਤੇ 800 ਹੋ ਗਿਆ ਜੀ ਆਪਣਾ ਹਾਂ ਆਕਸੋਪੇਛੇ ਦੇਖ ਲਓ ਗੋਪਾ ਤਾਂ ਨਹੀਂ ਕੰਨੀਆਂ ਸਕੇ ਆਪਾਂ 800 ਗਿਣਿਆ ਨਹੀਂ ਗੋਭਾਂ ਗੇਲੀਆਂ ਜੇ ਸਪੋਜ਼ ਕਰ ਲਓ ਚੱਲੀਆਂ 5 7 10 ਗੋਪਾ ਹੈਗੀਆਂ ਤੇ ਅਸੀਂ ਆਪੇ ਹਿਸਾਬ ਲਾ ਲਓ ਤੇ ਕੁਝ ਵੀ ਨਹੀਂ ਬਣਦਾ ਜੀ ਬਿਲਕੁਲ ਬਿਲਕੁਲ ਤੇ ਅਸੀਂ ਕਹਿੰਦੇ ਆ ਜਿਹੜੀ ਸਰਵੇਖਣ ਤੋਂ ਬਾਅਦ ਆਰਥਿਕ ਅਗਾਰ ਹੁੰਦਾ ਏਕ ਜੀ ਸਰਵੇਖਣ ਦਾ ਮੋਡ ਆਰਥਿਕ ਅਗਾਰ ਨਾਲ ਜੁੜਿਆ ਆ ਜੀ 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 ਕਿ ਉਹ ਲੈਵਲ ਜਿੱਥੇ ਕਿ ਪਤਾ ਲੱਗੇ ਕਿ ਨੁਕਸਾਨ ਆਰਥਿਕ ਹੋਊਗਾ ਨਹੀਂ ਸਾਡੀ ਜੇਬ ਤੇ ਨੁਕਸਾਨ ਹੁੰਦਾ ਕਿ ਨਹੀਂ ਹੁੰਦਾ ਜੀ ਤੇ ਉਹ ਇਹ ਆ ਕਿ ਜੇ ਤੇ ਹੁਣ ਜੀਰੀ ਆਪਣੀ ਗੈਰਵਾਸਪਤੀ ਜੇ 5% ਗੋਪਾਂ ਸੁੱਕੀਆਂ ਹੋਣ 100 ਪਿੱਛੇ 40 ਗੋਭਾਂ ਦੀ ਹੁਣ 800 ਪਿੱਛੇ ਹੋ ਗਈਆਂ 8 ਰੁਪਏ 5 40 ਗੋਭਾਂ 40 ਜੇ 40 ਗੋਭਾਂ ਸੁੱਕੀਆਂ ਆ ਫਿਰ ਆਪਾਂ ਨੂੰ ਕਿਸੇ ਵੀ ਚਿੰਤਾ ਕਰਨ ਦੀ ਲੋੜ ਹੈ ਹੂੰ ਕੋਈ ਵੀ ਹੋਰ ਹਿਲਾ ਫਿਲਾ ਵਰਤਨ ਦੀ ਲੋੜ ਹੈ ਜੇ ਹੈ ਨਹੀਂ ਤਾਂ ਕੋਈ ਲੋੜ ਨਹੀਂ ਹਾਂ ਨੁਕਸਾਨ ਹੋਊਗਾ ਇਸੇ ਤਰ੍ਹਾਂ ਜਦੋਂ ਆਪਾਂ ਦੇਖਦੇ ਆ ਨਾਲ ਦੇ ਨਾਲ ਹੀ ਆਪਾਂ ਦੇਖਦੇ ਪੱਤੇ ਕਿੰਨੇ ਖਾਦੇ ਹੋ ਹੂੰ ਕਿ ਜਦੋਂ ਰੋਜ਼ ਆਨੇ ਆਪਾਂ ਤੇ ਬੂਟੇ ਤਾਂ ਬੋਲ ਕੇ ਦੱਸਦਾ ਕਿ ਮੈਨੂੰ ਕੀ ਲੋੜ ਹੈ ਜੀ 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 ਬਿਲਕੁਲ ਬਿਲਕੁਲ ਪੱਤਿਆਂ ਦਾ ਕੀ ਆ ਜੀ ਇੱਕ ਜਿਹ ਟੇਲਰ ਆ ਉਹਦੇ ਉੱਪਰ ਚਾਰ ਪੰਜ ਛੇ ਪੱਤੇ ਆ ਜੀ ਉਹ ਤੁਸੀਂ ਇੱਕ ਵਾਰੀ ਅੰਦਾਜ਼ੇ ਨਾਲ ਪਹਿਲਾਂ ਗਿਣ ਲਓ 10 ਬੂਟੇ ਉਹ ਪਤਾ ਲਾ ਜੂਗਾ ਤੇ ਜੇ ਲੱਗਦਾ ਕਿ 100 ਪਿਛੇ 10 ਪੱਤੇ ਖਾਦੇ ਆ ਫਿਰ ਆਪਾਂ ਨੂੰ ਪੱਤਾ ਲਪੇਟ ਵਾਸਤੇ ਕੋਈ ਹੀਲਾ ਵਸੀਲਾ ਕਰਨ ਦੀ ਲੋੜ ਹੈ ਆ ਹੀਲੇ ਵਸੀਲੇ ਦੀ ਗੱਲ ਜਿਹੜੀ ਰਾਜ ਸਾਹਿਬ ਤੁਸੀਂ ਕੀਤੀ ਆ ਤੇ ਆ ਦੋ ਬਹੁਤ ਨਾਮਰਾਦ ਤੁਸੀਂ ਕੀੜੇ ਦੱਸਿਆ ਇੱਕ ਪਤਾ ਲਪੇਟ ਸੁੰਡੀ ਤੇ ਇੱਕ ਤੇਲਾ ਇੱਕ ਤੇਲਾ ਚਾਹੇ ਕਾਲਾ ਭੂਰਾ ਜੋ ਵੀ ਅਸੀਂ ਨਾਂ ਦਿੱਤੇ ਆ ਇਹਨਾਂ ਦੀ ਜਿਹੜੀ ਰੋਕਥਾਮ ਆ ਜੇ ਅਸੀਂ ਘਾਟਰ ਸਾਇਨਾ ਨਾਲ ਕਰਨੀ ਹੋਵੇ ਤੇ ਕੀ ਤਰੀਕਾ ਬਹੁਤ ਸਹੀ ਆ ਜੀ ਜਿਹੜਾ ਪੱਤਾ ਲਭੇੜਿਆ ਨਾ ਜੀ ਸਭ ਤੋਂ ਜ਼ਿਆਦਾ ਸ਼ਰਾਰਤੀ ਕੀੜਾ ਆ ਹੂੰ ਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਜੇ ਆੜਤੀਏ ਕੋ ਜਾ ਕੇ ਜਾਂ ਡੀਲਰ ਕੋ ਜਾ ਕੇ ਇਹਦੇ ਵਾਸਤੇ ਜਰਾ ਲੈ ਕੇ ਆਉਂਦੇ ਆ ਜੀ ਹੂੰ ਅੱਛਾ ਕਹਿੰਦੇ ਦਵਾਈਆਂ ਆਖਿਰ ਦਵਾਈਆਂ ਕਹਦਿਆਂ ਜੇਹੜਾ ਆ ਜੀ ਉੱਥੇ ਬਿਲਕੁਲ ਬਿਲਕੁਲ ਜੇਹੜਾ ਸੋ ਜਰਾ ਲੈ ਕੇ ਆਉਂਦੇ ਆ ਹਾਲਾਂਕਿ ਜਦ ਤੱਕ ਨਿਸਾਰਾ ਨਹੀਂ ਹੋਇਆ ਜੀ ਹੂੰ ਇਹਨਾਂ ਤੇ ਕੰਟਰੋਲ ਕਰਨੇ ਬਹੁਤ ਸੌਖਾ ਇਹਨੂੰ ਤਾਂ ਅੱਛਾ ਉਹ ਇਹ ਆ ਕਿ ਆਮ ਇੱਕ ਤੁਸੀਂ ਹੋਗੇ ਜਿਹੜਾ ਜ਼ਿੰਮੇਵਾਰ ਹੈਗਾ ਤੇ ਇੱਕ ਨਾਲ ਆਪਣਾ ਜਿਹਾ ਸੀਰੀਅਲ ਲਾ ਲੋ ਜਾਂ ਆਪਣਾ ਛੋਟਾ ਭਾਈ ਲਾ ਲੋ ਕਿਸੇ ਦਾ ਕੰਮ ਕੋਈ ਵੀ ਕੰਮ ਆ ਹੋ ਜਾ ਇੱਕ ਨਾਰੀਅਲ ਦੀ ਮੋਜੀ ਡੋਰੀ ਲੈਣੀ ਹੈ ਜੀ ਅੱਜ ਮੈਂ ਅਸੀਂ ਦੋਵੇਂ ਭਰਾ ਆਇਆ ਦਿਲ ਜਾਨੇ ਨਾਰੀਅਲ ਦੀ ਡੋਰੀ ਹੈ ਮੋਜੀ ਡੋਰੀ ਲੈ ਕੇ ਤੁਸੀਂ ਐਨ ਖਸਾ ਕੇ ਨਿਕਲ ਜਾਣੀ ਉੱਪਰ ਹੂੰ 20 30 ਮੀਟਰ ਲੰਬੀ ਡੋਰੀ ਲੈ ਲਓ ਤੁਸੀਂ ਅੱਛਾ ਤੇ ਉਹਨੇ ਮੁੜਦੇ ਪੈਰੀਂ ਵਾਪਸ ਆਜੋ ਅੱਛਾ ਜੀ ਐ ਇੱਕ ਵਾਰੀ ਐਨ ਚਲ ਗਏ ਜੀ ਫਿਰ ਮੁੜਦੇ ਐਨ ਨੂੰ ਅੱਗੇ ਅੱਛਾ ਕਰਨਾ ਕੀ ਹੈ ਕਿ ਸਿਰਫ ਚੰਗਤਨ ਐਨ ਖਸਾ ਕੇ ਨਿਕਲਣੀ ਉੱਪਰੋਂ ਕਿੰਨੀ ਉੱਪਰ ਰੱਖਣਾ ਜੀ ਬਸ ਜਦੋਂ ਅੱਧੇ ਤੋਂ ਉੱਪਰ ਆ ਕੇ ਤੇ ਗੋ ਭਾਈ ਗੋਪ ਤਾਂ ਥੋੜੇ ਜਿਹਾ ਉੱਪਰ ਆ। ਇਹ ਬੂਟਾ ਹੀ ਨਾ ਪਟਿਆ ਜਾਏਗਾ। ਇਹ ਬੂਟਾ ਨਹੀਂ ਪਟਣਾ। ਹਾਂ ਹਾਂ ਹਾਂ। ਉਹਦੇ ਨਾਲ ਕੀ ਹੋਣਾ ਕਿ ਜਿਹੜੇ ਪੱਤਾ ਲਪੇਟ ਆ ਜਿਹੜੇ ਆਪਾਂ ਗੱਲ ਕਰਦੇ ਆ। ਆਹ ਉਹ ਪੱਤੇ ਫੋਲਡ ਕਰਕੇ ਖਾ ਰਿਹਾ ਜੀ। ਤੇ ਜਦੋਂ ਡੋਰੀ ਫੇਰਦੇ ਨਾ ਆਪਾਂ ਉਹ ਖੁੱਲ ਜਾਂਦੀ ਹੈ। ਹੂੰ। ਤੇ ਸਿਰਫ ਜ਼ਰੂਰੀ ਗੱਲ ਇਹ ਹੀ ਹੈ ਕਿ ਜਦੋਂ ਡੋਰੀ ਫੇਰਨੀ ਆ ਥੱਲੇ ਪਾਣੀ ਖੜਾ ਹੋਵੇ। ਲਓ ਤੇਜਪਾਲ ਜੀ ਇੱਥੇ ਫਿਰ ਸਾਈਨ ਕਿੱਥੋਂ ਆ ਗਈ? ਤੇ ਜਦੋਂ ਸੁੰਡੀ ਪਾਣੀ 'ਚ ਗਿਰ ਗਈ ਦੁਬਾਰਾ ਸੁੰਡੀ ਨਹੀਂ ਉੱਪਰ ਨਹੀਂ ਉੱਠਦੀ। ਦੇਖੋ ਕਿੱਡੀ ਪਤੇ ਦੀ ਗੱਲ ਦੱਸੀ ਆ। ਹੈ? ਇੱਕ ਮੁਫ ਰਸਈਏ ਤਰੋਂ ਫੜ ਲਓ ਇੱਕ ਜਣਾ ਉਧਰੋਂ ਫੜ ਲਓ ਚਲ ਜਾਓ ਕੱਲ ਤੇ ਉਹੀ ਆ ਨਾ ਵੀ ਜਿਹੜੇ ਰਸਾਇਣ ਆਏ ਸਿਰਫ ਕੀੜਿਆਂ ਨੂੰ ਨਹੀਂ ਮਾਰਦੇ ਸਾਡਾ ਹੋਰ ਨੁਕਸਾਨ ਪਾਉਂਦੇ ਬਹੁਤ ਨੁਕਸਾਨ ਕਰਦੇ ਪਰ ਧਿਆਨ ਇਹੀ ਰੱਖਣਾ ਕਿ ਨਸਾਰੇ ਤੋਂ ਪਹਿਲਾਂ ਜੀ ਪਹਿਲਾਂ ਆਦੇ ਹੀ ਤਾਂ ਫੇਕ ਇੱਕ ਵਾਰੀ ਗੁੱਸਾ ਪੈ ਗਿਆ ਫੇ ਬੂਰ ਚੜ ਜਾਣਾ ਆਪਣਾ ਫੇ ਆਪਣਾ ਝਾੜ ਨਹੀਂ ਆਉਣਾ ਪਾਉਣਾ ਬਿਲਕੁਲ ਉਹਦੇ ਵਾਸਤੇ ਫੇਰ ਆਪਾਂ ਨੂੰ ਫੇਰ ਰਸੈਣ ਵਰਤਨੇ ਪੈਣਗੇ ਕੀਟਨਾਸ਼ਕ ਵਰਤਨੇ ਪੈਣਗੇ ਬਾਅਦ ਵਿੱਚ ਤੇ ਉਹ ਵੀ ਤਾਂ ਹੈ ਜੇ ਨਾਈਟ੍ਰੋਜਨ ਘਟ ਪਈ ਯੂਰੀਆ ਘਟ ਪਾਇਆ ਉਹਦਾ ਵੀ ਵਿਚਾਰੇਦਾ ਇਸੇ ਤਰ੍ਹਾਂ ਦੇ ਕਾਲਾ ਤੇਲ ਦੀ ਗੱਲ ਕਰਦੇ ਸੀਗੇ ਜੀ ਜਦੋਂ ਮਹੀਨੇ ਬਾਅਦ ਆਪਾਂ ਲਗਾਤਾਰ ਜਨ ਹਫਤੇ-ਹਫਤੇ ਜਾਂਦੇ ਆਂ ਕੁਛ ਕਿ ਬੂਟੇ ਟੇਢੇ ਕਰਕੇ ਥਾਪੜੋ ਜੀ ਉਹਨਾਂ ਨੂੰ ਅੱਛਾ ਇਹ ਮੁੱਢਾ ਛੰਦੇ ਮੈਂ ਦੱਸਿਆ ਹਾਂ ਤੇ ਜਦੋਂ ਹੋਊਗੇ ਇਹ ਥੱਲੇ ਤਰ ਪਾਣੀ ਉੱਪਰ ਤਰੂਗੇ ਜੀ ਅੱਛਾ ਤੁਹਾਨੂੰ ਦਿਸਪੈਂ ਦਾ ਉਦੋਂ ਨੰਗੀ ਅੱਖ ਨਾਲ ਆਹ ਨੰਗੀ ਅੱਖ ਨਾਲ ਦੇਖਦਾ ਟਪੂਸੀਆਂ ਮਾਰਦਾ ਦਾ ਪਾਣੀ ਦੇ ਉੱਪਰ ਜੀ ਅੱਛਾ ਜੇ ਤਾਂ ਲੱਗੇ ਕਬੂਜੇ ਦੇ 5-7 ਦਾਣੇ ਹੈਗੇ ਆ ਜਦੋਂ ਥਾਪੜਦੇ ਆ ਥੱਲੇ ਫਿਰ ਆਪਾਂ ਨੂੰ ਇਹਨੂੰ ਕੰਟਰੋਲ ਕਰਨ ਦੀ ਲੋੜ ਠੀਕ ਹੈ ਜੀ ਔਰ ਉਹਦੇ ਵਾਸਤੇ ਸਭ ਤੋਂ ਵਧੀਆ ਗੇਅਰ ਸੈਂਡਿੰਗ ਤਰੀਕਾ ਤੇ ਇਹੀ ਆ ਕਿ ਪਾਣੀ ਲਗਾਤਾਰ ਖੜਾ ਨਾ ਕਰੋ ਜੀ ਅੱਛਾ ਜੀ ਇੱਕ ਵਾਰੀ ਹਵਾ ਲਵਾ ਦਿਓ ਥੱਲੇ ਤ੍ਰੀੜਾ ਨਾ ਪਾਟਣ ਜਦੋਂ ਪਾਣੀ ਜੀਰ ਜੇ ਉਸ ਤੋਂ ਬਾਅਦ ਫਿਰ ਦੋ ਦਿਨ ਬਾਅਦ ਫੇਰ ਲਾ ਦਿਓ ਠੀਕ ਹੈ ਉਹਦੇ ਨਾਲ ਕੀ ਹੁੰਦਾ ਕਿ ਵਾਤਾਵਰਣ ਥੱਲੇ ਬਦਲ ਜਾਂਦਾ ਇਹਦਾ ਵਾਧਾ ਰੁਕ ਜਾਂਦਾ ਹੂੰ ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਬਿਲਕੁਲ ਬਿਲਕੁਲ ਤੇ ਡਾਕਟਰ ਸਾਹਿਬ ਇੱਕਾ ਪਿਛਲੇ ਟਾਈਮ ਦੇ ਵਿੱਚ ਮਠਾ ਸਿੰਘ ਜੀ ਤੁਸੀਂ ਵੀ ਪੜਿਆ ਅਖਬਾਰਾਂ ਚ ਵੀ ਆਉਂਦਾ ਰਿਹਾ ਤੇ 12 ਦੇਸ਼ਾਂ ਨੂੰ ਆਪਾਂ ਜਿਹੜੀ ਬਾਸਮਤੀ ਕੱਲੀ ਸੀ ਉਹ ਉਹਨਾਂ ਨੇ ਜੀ ਵਾਪਸ ਘੱਲ ਦਿੱਤੀ। ਉਹਦੇ ਵਿੱਚ ਕਹਿੰਦੇ ਇਹ ਕੀਟਨਾਸ਼ਕ ਤੇ ਹੋਰ ਰਸਾਇਣਾਂ ਦਾ ਗੋਲਾ ਬੜਾ ਪਿਆ ਸੀ। ਉਹ ਬਹੁਤ ਜ਼ਿਆਦਾ ਸੀਗਾ। ਉਹ ਕਹਿੰਦੇ ਜੀ ਸਾਡੇ ਜਿਹੜੇ ਸਿਹਤ ਦੇ ਮਾਪਦੰਡ ਆ ਉਹਨਾਂ ਤੇ ਖਰੀ ਨਹੀਂ ਉਤਰਦੀ। ਉਹ ਕੀ ਚੱਕਰ ਸੀਗਾ? ਬਿਲਕੁਲ ਠੀਕ ਹੈ ਜੀ। ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਬਾਸਮਤੀ ਜਿਹੜੀ ਆ ਆਮ ਤੌਰ ਤੇ ਐਕਸਪੋਰਟ ਕਰ ਰਹੇ ਆ ਆਪਾਂ ਜੀ। ਜੀ। ਅਰਬ ਨੂੰ ਕਰਦੇ ਆ ਯੂਰਪ ਨੂੰ ਕਰਦੇ ਆ ਅਮਰੀਕਾ ਨੂੰ ਕੈਨੇਡਾ ਨੂੰ ਹੋਰ ਮੁਲਕਾਂ ਨੂੰ ਕਰ ਰਹੇ ਆ। ਜੀ। ਤੇ ਉਹਨਾਂ ਦੇ ਜਿਹੜੇ ਆ ਉਹ ਮਾਪਦੰਡ ਉਹ ਬੜੇ ਸਖਤ ਹੈ ਹੂੰ ਜੇ ਦਾ ਆਪਣੇ ਘਰੇਲੂ ਤੇ ਅਸੀਂ ਕੋਈ ਟੈਸਟ ਹੀ ਨਾ ਕਰਦੇ ਆਪਾਂ ਵਰਤੀ ਜਾਂਦੇ ਆ ਪਰ ਉਹ ਜਦੋਂ ਸਾਡਾ ਮਾਲ ਚੱਕਦੇ ਆ ਆਪਣੇ ਕਨਸਾਈਨਮੈਂਟਾਂ ਸਾਰੀਆਂ ਜਾਂਦੀਆਂ 2015 ਦੇ 16 ਵਿੱਚ ਸਾਨੂੰ ਵਾਪਸ ਆਈਆਂ ਕਨਸਾਈਨਮੈਂਟ ਆਈਆਂ ਆਈਆਂ ਉਹਦਾ ਕਾਰਨ ਕੀ ਹੈ ਕਿ ਕੁਛ ਕੇ ਕੀਟਨਾਸ਼ਕ ਹੈ ਜਿਸ ਤਰ੍ਹਾਂ ਤੁਹਾਡਾ ਐਸੀਫੇਟ ਹੈ ਹੂੰ ਅੱਛਾ ਜੀ ਬੋਪਰੋਫੇਜ਼ਨ ਹੈ ਹੂੰ ਤੇ ਥਾਇਮੋਥਕਸਾਮ ਹੈ ਹੂੰ 48 ਹੈ ਫਿਰ ਜੇ ਉਲੀ ਨਾਸ਼ਕਾਂ ਦੀ ਗੱਲ ਕਰ ਲੋ ਤੁਹਾਡਾ ਕਾਰਬੰਡਾ ਜੇਮ ਹੈ ਹੂੰ ਬਵਿਸਟਨ ਜਿਹਨੂੰ ਆਪਾਂ ਕਹਿੰਦੇ ਨੇ ਆਮ ਇਹ ਤੁਹਾਡਾ ਟਰਾਈਸਾਈਕਲਾ ਜ਼ੂਲ ਹੈ ਜੀ ਇਹਨਾਂ ਦੇ ਮਾਪਦੰਡ ਜਿਹੜੇ ਬਹੁਤ ਸਖਤ ਹੈ ਜੀ ਹੂੰ ਕਿਸੇ ਦਾ ਮਿਕਦਾਰ 0.001 ਪੀਪੀਐਮ ਹੈ ਅੱਛਾ ਜੀ ਤੇ ਕਿਸੇ ਦਾ 0.005 ਆ ਸੋ ਇੰਨੇ ਘੱਟ ਆ ਮਤਲਬ ਬਹੁਤ ਹਾਈਲੀ ਮਸ਼ੀਨਾਂ ਉਹਨਾਂ ਕੋ ਸਫਿਸਟੀਕੇਟਡ ਹੈ ਜੇ ਕਿਸੇ ਦੇ ਵਿੱਚ ਵੀ ਇਹ ਲੱਭ ਜਾਂਦੇ ਆ ਉਹ ਸਾਰੀ ਸਾਰੀ ਕਨਸਾਈਨਮੈਂਟ ਵਾਪਸ ਆ ਜਾਂਦੀ ਆ ਉਹ ਟੈਸਟ ਕਰਦੇ ਆ ਜਦੋਂ ਪਹੁੰਚਦੀ ਆ ਹਾਂ ਸੋ ਇਸੇ ਵਾਸਤੇ ਯੂਨੀਵਰਸਿਟੀ ਜਿਹੜੀ ਆਪਣੇ ਪੰਜਾਬ ਕੀਤੀ ਬੜੀ ਯੂਨੀਵਰਸਿਟੀ ਆ ਅਸੀਂ ਸਿਫਾਰਿਸ਼ ਕਰਦੇ ਆ ਉਹ ਕੀਟਨਾਸ਼ਕ ਜਿਹੜੇ ਕਿ ਆਪਣਾ ਜੀ ਰਹਿਣ ਦਖੁੰਦਿਆ ਅਖੀਰ ਤੱਕ ਨਾ ਰਵੇ ਉਹਦੇ ਵਿੱਚ ਅੱਛਾ ਲੋੜ ਅਨਸਾਰ ਵਰਤੀਏ ਤੇ ਅਖੀਰ ਤੱਕ ਨਾ ਰਵੇ ਜਿਸ ਤਰ੍ਹਾਂ ਮੈਂ ਕਿਹਾ ਐਸੀ ਫੇਟ ਨਹੀਂ ਵਰਤਣੀ ਕੋ ਪ੍ਰੋਫੈਸਰ ਨਹੀਂ ਵਰਤਣੀ ਥੈਮੋਥਕਸ ਨਹੀਂ ਵਰਤਣੀ ਫਿਰ ਆਮ ਜੀਮੀਦਾਰ ਕਹਿੰਦਾ ਕਿ ਵ ਵਰਤੀਏ ਕੀ ਭਾਈ ਇਹ ਵੀ ਗੱਲ ਸਹੀ ਆ ਵੇਸੀ ਤੇ ਉਹਦੇ ਵਾਸਤੇ ਸੀ ਕਿੰਨੇ ਜਿਹੜੇ ਸੇਫ ਕੈਮੀਕਲ ਜਿਸ ਤਰ੍ਹਾਂ ਤਾਂ ਇਹ ਚਾਹੇ ਤੁਹਾਡਾ ਗੜੂਆ ਜਵੇ ਤੇ ਚਾਹੇ ਤੁਹਾਡਾ ਜੇ ਪਤਲ ਪੇਟ ਇਹਨਾਂ ਦੇ ਵਾਸਤੇ ਆਪਣੇ ਫੀਮ ਇੱਕ ਦਵਾਈ ਹੈ ਜੀ ਫੂਲ ਬੈਂਡਾ ਵਾਈਟ ਸਾਲਟ ਅੱਛਾ ਜੀ ਹਰਾ ਟ੍ਰਾਇੰਗਲ ਜਿਹੜਾ ਅਪਲਾਈ ਕਰਦੇ ਨੂੰ ਸੇਫ ਹੈ ਜੀ ਆਪਾਂ ਉਹਦੀ ਵਰਤੋਂ ਕਰ ਸਕਦੇ ਹਾਂ 20 ਐਮਐਲ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਜਾਂ ਕਾਰਟਾ ਫਾਈਟੋਕ੍ਰੋਜੀ ਪ੍ਰਦਾਨ ਆਪਣੇ ਸਾਰੇ ਦਾਣੇਦਾਰ ਪਾਉਂਦੇ ਆ ਜੀ ਇਹਦਾ ਲਿਕੁਇਡ ਸਾਲਟ ਹੈ ਜੀ ਅੱਛਾ 170 ਗ੍ਰਾਮ ਪੈਂਦੀ ਆ ਜੀ ਤੇ ਪੱਤਾ ਲਬੀੜ ਵੀ ਮਾਰਦੀ ਆ ਤੇ ਤਣੇ ਦਾ ਗੜੂਗਾ ਵੀ ਮਾਰਦੀ ਆ ਜੀ ਸੋ ਦੋਵੇਂ ਕੀਟਨਾਸ਼ਕ ਬੜੇ ਵਧੀਆ ਜੀ ਆ ਤੀਜੀ ਕਲੋਰੋ ਆ 20 ਤਾਕਤ ਤੇ ਉਹ ਕਰ ਸਕਦੇ 1 ਲੀਟਰ ਕਰ ਸਕਦੇ ਕਿੱਲੇ ਦੀ ਉਦੋਂ ਹੀ ਮਾਰਦੀ ਆ ਪਰ ਧਿਆਨ ਇਹ ਦੇਣਾ ਕਿ ਕਿਸਾਨ ਵੀਰ ਕਲੋਰੋ 505 ਲੈ ਆਉਂਦੇ ਆ ਅੱਛਾ ਇਹ ਧਿਆਨ ਦੇ ਦੀ ਗੱਲ ਆ ਇਹ ਚੱਕਰ ਆ ਔਰ ਇਹ ਖੋਰ ਜੇ ਲਿਖ ਲੈਣਾ ਚਾਹੀਦਾ ਕਿਸਾਨ ਵੀਰ ਹਾਂ ਬਿਲਕੁਲ ਔਰ ਜਦੋਂ ਦੂਸਰੀ ਜਿਹੜੀ ਗੱਲ ਵੱਡੀ ਆ ਕਿ ਜਦੋਂ ਪੱਤਾ ਲਪੇਟ ਵਾਸਤੇ ਲੈਣ ਜਾਂਦੇ ਆ ਤੇ ਡੀਲਰ ਉਹਨਾਂ ਨੂੰ ਦੋ ਚੀਜ਼ਾਂ ਚਕਾ ਦਿੰਦੇ ਆ ਕਹਿੰਦੇ ਆ ਤੇ ਮਾਰੂ ਮਾਰੂ ਇੱਕ ਆ ਨਾਲ ਪਾਏ ਗਰਮ ਹੈ ਵਧੀਆ ਕਰੂ ਉਹਨਾਂ ਨੇ ਜੇ ਆਪਣਾ ਮੁਨਾਫਾ ਦੇਖਣਾ ਮੁਨਾਫਾ ਦੇਖਣਾ ਹਾਂ ਉਹਦੇ ਚ ਕੀ ਦਿੰਦੇ ਆ ਜਾਂ ਵਾਈਫ ਐਂਥਰੀ ਦੇ ਦਿੰਦੇ ਆ ਜੀ ਪਿਛਲੇ 2 ਸਾਲਾਂ ਤੋਂ ਬਾੜੀ ਦੇ ਰਹੇ ਆ ਜਾਂ ਲੈਮਡਾ ਦੇਣ ਦੇ ਆ ਇਹ 505 505 ਦੇ ਵਿੱਚ ਕੀ ਆ 50 ਕਲੋਰੋ ਆ 5% ਉਹ ਚ ਸਾਈਪਰਮੈਥ੍ਰਿਨ ਹੈ ਹਮ ਤੇ ਜਿਹੜੇ ਆ ਥਰਨ ਵਾਲੀ ਆ ਨਾ ਚਾਹੇ ਲੈਂਡਾ ਸੈਲੋਥਰਿਨ ਚਾਹੇ ਡੈਲਟਾ ਮੈਥ੍ਰਿਨ ਆ ਹਮ ਤੇ ਚਾਹੇ ਬਾਈਫੈਂਥ੍ਰਿਨ ਆ ਜੀ ਇਹ ਜਿਹੜੀਆਂ ਇਹ ਮਠਾਸ ਵਧਾ ਦਿੰਦੀਆਂ ਬੂਟੇ ਚ ਅੱਛਾ ਘਟੋੜ ਦੋ ਢਾਈ ਗੁਣਾ ਹਮ ਤੇ ਜਿਹੜੇ ਅਮੀਨੋ ਐਸਿਡ ਤਾਤੇ ਆ ਤਾਕਤ ਦੇ ਹਮ ਉਹ ਵੀ ਦੋ ਗੁਣਾ ਕਰ ਦਿੰਦੀਆਂ ਹਾਂ ਤੇ ਇਹਦਾ ਨੁਕਸਾਨ ਪਤਾ ਕੀ ਆ ਜੀ ਜਿਹੜਾ ਪਕਾਲੇ ਤੇਲੇ ਦੀ ਗੱਲ ਕੀਤੀ ਆ ਉਹ ਤੇ ਮੁੱਢਾਂ ਦੇ ਵਿੱਚ ਬੈਠਾ ਹਾਂ ਚਟਾ ਤੇਲਾ ਮੁੱਢਾਂ 'ਚ ਬੈਠਾ ਆ ਜੀ ਤੇ ਜਦੋਂ ਦੋ ਸਪਰੀਆਂ ਨਾਲ ਕੀਟਨਾਸ਼ਕਾਂ ਨੇ ਕਰਤੀਆਂ ਤੇ ਮਿਠਾਸ ਵੱਧ ਗਈ ਉਹ ਕੀ ਆ ਕਿ ਦਿਨੋਂ ਦਿਨ ਮਲਟੀਪਲਾਈ ਕਰਦਾ ਆ ਨਜ਼ਰ ਆਪਾਂ ਨੂੰ ਆਉਂਦਾ ਨਹੀਂ ਬਿਲਕੁਲ ਤੇ ਜਿੱਥੇ ਉਹ 20 ਦਿਨ ਲੈਂਦਾ ਸੀ ਪੂਰੇ ਕਰਨ ਨੂੰ ਉਹ 15 16 ਦਿਨ 'ਚ ਹੋ ਗਿਆ ਪਹਿਲੇ 100 ਬੱਚੇ ਦੇ ਡੇ ਸੀ ਅੰਡੇ ਸੋਚਉ 50 60 ਬੱਚੇ ਨਿਕਲਦੇ ਜੀ ਹੁਣ ਸੋਚਉ ਅਸੀਂ 90 ਬੱਚੇ ਨਿਕਲਣ ਆ ਆ ਸੋ ਡਬਲ ਮਾਰ ਪੈ ਗਈ ਪੈ ਗਈ ਪੈ ਗਈ ਪੈ ਗਈ ਬਿਲਕੁਲ ਗੱਲ ਸਹੀ ਆ ਜੀ ਜੋ ਮਤਲਬ ਹੁਣ ਡਾਕਟਰ ਸਾਹਿਬ ਨੇ ਦੱਸਿਆ ਉਸ ਤਰੀਕੇ ਨਾਲ ਅਸੀਂ ਜਿਹੜਾ ਨਾ ਰਸਾਇਣਾਂ ਦਾ ਇਸਤੇਮਾਲ ਕਰੀਏ ਤੇ ਆਪਾਂ ਫਾਇਦੇ ਚ ਰਵਾਂਗੇ ਮੌਸਮ ਦਾ ਹਾਲ ਆ ਸੁਣਾਓ ਜੀ ਹਾਂ ਮੌਸਮ ਜਿਹੜਾ ਜੀ ਚੰਡੀਗੜ੍ਹ ਵਧ ਤੋਵਾ ਤਾਪਮਨ 34.4 ਡਿਗਰੀ ਰਿਹਾ ਜੀ ਘੱਟ ਤੋਂ ਘੱਟ 26.2 ਅਮ੍ਰਿਤਸਰ ਚ 33.5 ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 26.8 ਲੁਧਿਆਣੇ ਵੱਧ ਤੋਂ ਵੱਧ 33.7 ਤੇ ਘੱਟ ਤੋਂ ਘੱਟ 27.1 ਜੀ ਪਟਿਆਲੇ ਵੱਧ ਤੋਂ ਵੱਧ 33.6 ਤੇ ਘੱਟ ਤੋਂ ਘੱਟ 26.9 ਬਠਿੰਡੇ 31.4 ਤੇ 27.2 ਫਰੀਦਕੋਟ 33. ਰਿਆਜੀ ਪੂਰਾ ਹੀ ਤੇ 28 ਡਿਗਰੀ ਸੈਲਸੀਅਸ ਰਿਆਜੀ ਘੱਟ ਤੋਂ ਘੱਟ ਠੀਕ ਆ ਜੀ ਇਹ ਤੇ ਸੀ ਜੀ ਆਪਣਾ ਮੌਸਮ ਮੌਸਮ ਤੇ ਜੇ ਕਿਸਾਨ ਵੀਰੋ ਤੇ ਭੈਣੋ ਸਾਨੂੰ ਤੁਸੀਂ ਕੋਈ ਸੁਝਾਅ ਦੇਣਾ ਸਾਨੂੰ ਖਤ ਲਿਖੋ ਸਾਡਾ ਪਤਾ ਹੈ ਪ੍ਰੋਗਰਾਮ ਮੀਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਤੇ ਹੁਣ ਫਿਰ ਇਹੋ ਹੀ ਕਹਾਂਗੇ ਜੀ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਮਾਸਕ ਤੋਂ ਬਿਨਾ ਘਰੋਂ ਬਾਹਰ ਨਹੀਂ ਇਹ ਨਿਕਲਣਾ ਸਮਾਜਿਕ ਦੂਰੀ ਬਣਾਈ ਰੱਖਣੀ ਹੈ ਤੇ ਹੁਣ ਸਾਨੂੰ ਦਿਓ ਜੀ ਫਿਰ ਇਜਾਜ਼ਤ ਗੈਹਨ ਜੀ ਜੈ ਜੀ